ਪਰਮਿਟ ਉਹਨਾਂ ਦੇ ਆਲਮੋਸਟ ਡਨ ਹੋ ਗਏ, ਮੁੱਕ ਗਏ, ਕਈਆਂ ਦੇ ਮੁੱਕਣ ਵਾਲੇ ਆ, ਤੇ ਉਹ ਇਸ ਟਾਈਮ ਧਰਨੇ ਲਾ ਰਿਹਾ ਵੀ ਸਾਨੂੰ ਕੈਨੇਡਾ ਚੋਂ ਨਾ ਕੱਢੋ। ਹੁਣ ਮੁੰਡੇ ਯਾਰ ਆਪਣੇ ਕਿੰਨੇ ਹਨਾ ਸੁਸਾਈਡ ਕਰ ਗਏ ਹਨਾ ਮੁੰਡੇ, ਬਹੁਤ ਮਾੜੀ ਗੱਲ ਹੈ ਜੀ। ਆਪਣੇ ਜਵਾਕ ਆ 3 ਹੋਟਲਾਂ ਤੇ, ਗੈਸ ਸਟੇਸ਼ਨਾਂ ਤੇ, ਇਹ ਸਾਰੀਆਂ ਲੇਬਰ ਜੋਬ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ, ਤੇ ਤੁਹਾਡਾ ਸਵਾਗਤ ਹੈ ਜੀ ਆਪਣਾ ਇੱਕ ਵਾਰੀ ਫੇਰ ਸਾਡੇ ਪੋਡਕਾਸਟ ਦੇ ਵਿੱਚ। ਤੇ ਅੱਜ ਸਾਡੇ ਨਾਲ ਬਾਈ ਹੈਗੇ ਆ ਸੌਰਵ ਬਾਈ ਜੀ। ਹਾਂਜੀ, ਧੰਨਵਾਦ ਬ੍ਰਦਰ। ਤੇ ਅੱਜ ਜਿਹੜਾ ਜੀ ਸਾਡਾ ਪੋਡਕਾਸਟ ਕਰਨ ਦਾ ਜਿਹੜਾ ਮਕਸਦ ਹੈ ਨਾ, ਉਹ ਮਕਸਦ ਹੈਗਾ ਇਹ ਵੀ ਤੁਹਾਨੂੰ ਪਤਾ ਵੀ ਸਾਰੇ ਲੋਕੀ ਹਨਾ ਕੈਨੇਡਾ ਚ ਆਉਣ ਲਈ ਪਤਾ ਨੀ ਕੀ ਕੁਛ ਕਰੀ ਜਾਂਦੇ ਆ। ਸੋ ਬਾਈ ਨੂੰ 6 ਹੋ ਗਏ ਬਾਈ ਤੁਹਾਨੂੰ? ਹਾਂਜੀ, ਆਲਮੋਸਟ ਲਾ ਲਓ 5 ਪੂਰੇ ਹੋ ਗਏ, 6 ਚੜ ਗਿਆ ਵੀਰੇ। ਹਾਂਜੀ, ਤੇ ਇਹ ਬਾਈ ਨੂੰ ਤਾਂ ਸੱਦਿਆ ਕਿਉਂਕਿ ਬਾਈ ਨੂੰ ਆਪਣੇ ਤੋਂ ਵੀ ਜ਼ਿਆਦਾ ਪਤਾ ਆ, ਤੇ ਉਹਦੇ ਕਰਕੇ ਬਾਈ ਨੂੰ ਸੱਦਿਆ ਤੇ ਵੀ ਅਸੀਂ ਚਾਨਣਾ ਪਾਉਣਾ ਚਾਹੁੰਦੇ ਆ ਵੀ ਯਾਰ ਕੈਨੇਡਾ ਦੇ, ਕੈਨੇਡਾ ਤੇ ਤੁਹਾਨੂੰ ਪਤਾ ਵੀ ਹਨਾ ਯਾਰ ਬਾਈ ਵੀ ਅੱਜ ਕੱਲ ਹਨਾ। ਹਾਂਜੀ, ਵੀ ਲੋਕੀ ਯਾਰ ਕੈਨੇਡਾ ਆਉਣ ਦੀ ਖਾਤਰ ਕੀ ਕਰੀ ਜਾਂਦੇ ਆ। ਉਹ ਤਾਂ ਹੈ ਵੀਰੇ, ਸਹੀ ਗੱਲ ਆ ਕਿ ਆਪਣੇ ਛੋਟੇ ਛੋਟੇ ਜਵਾਕ ਆ ਉਮਰਾਂ ਦੇ 20 ਸਾਲ ਪਲੱਸ 2 ਕਰਕੇ, ਹਾਂ, ਇੰਨੀ ਸਮਝ ਨਹੀਂ ਹੈਗੀ, ਪਰ ਉਹ ਕਿਤਨਾ ਕਿਤੇ ਉਹ ਮਾਂ ਪਿਓ ਆਪਣਾ ਸੁਪਨਾ ਪੂਰਾ ਕਰਨ ਦੇ ਚੱਕਰ ਚ, ਕਿਉਂਕਿ ਉਹ ਨਹੀਂ ਆ ਪਾਏ, ਉਹ ਕਹਿੰਦੇ ਵੀ ਸਾਡੇ ਸ਼ਰੀਕੇ ਦਾ ਕੋਈ ਭਰਾ ਦਾ ਬੱਚਾ ਚੱਲ ਗਿਆ ਵੀ ਅਸੀਂ ਪਿੱਛੇ ਨਾ ਰਹਿ ਜਾਈਏ, ਵੀ ਸ਼ਰੀਕੇ ਬਾਜੀ ਦੇ ਕੰਮ ਦੀ ਫੀਅਰ ਆਫ ਮਿਸਿੰਗ ਆਊਟ। ਹਾਂ, ਤੇ ਇਹ ਚੀਜ਼ਾਂ ਉਹਨਾਂ ਨੇ ਕਿ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ, ਵੀ ਸ਼ਰੀਕਾ ਮਚਾਉਣਾ ਆ, ਬਚਾਉਣਾ, ਹਾਂ, ਵੀ ਸ਼ਰੀਕੇ ਅੱਗੇ ਨਾ ਲੰਘ ਜੇ ਸਾਡੇ ਤੋਂ। ਹੁਣ ਗੱਲ ਇਹ ਆ ਵੀ ਸਟੂਡੈਂਟ ਆਈ ਜਾਂਦੇ ਹਨਾ, ਜਹਾਜ਼ ਭਰ ਭਰ ਕੇ ਆਈ ਜਾਂਦੇ, ਪਰ ਉੱਥੋਂ ਕੋਈ ਮੋਟਿਵ ਨੀ ਲੈ ਕੇ ਆ ਰਹੇ, ਬਰਬਾਦ ਹਨਾ ਯਾਰ ਬਾਈ। ਹੁਣ ਪਤਾ ਕੀ ਗੱਲ ਆ ਵੀ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਆ ਹਨਾ ਵੀ ਜੇ ਤੁਸੀਂ ਆਉਣਾ ਆਉਣਾ ਮਾੜੀ ਗੱਲ ਨੀ, ਆਪਾਂ ਕਹਿੰਦੇ ਵੀ ਆਓ, ਠੀਕ ਆ, ਸਾਰੇ ਆਓ ਹਨਾ, ਵੀ ਵੈਲਕਮ ਆ, ਆਪਾਂ ਇਹ ਨੀ ਕਹਿੰਦੇ ਵੀ ਜੇ ਅਸੀਂ ਆਏ ਆ ਠੀਕ ਆ ਤੁਸੀਂ ਵੀ ਆਓ, ਪਰ ਅਸੀਂ ਇੱਥੇ ਆਏ ਆ ਠੀਕ ਆ, ਸਾਨੂੰ ਵੀ ਜਿਵੇਂ ਹੁਣ ਪਿਛਲਿਆਂ ਨੂੰ ਹਨਾ ਵੀ ਯਾਰ ਅਸੀਂ ਕੈਨੇਡਾ ਜਾਈਏ ਵੀ ਅਸੀਂ ਠੀਕ ਆ, ਆਪਾਂ ਕਹਿ ਦਈਏ ਵੀ ਸਕਿੱਲ ਨੀ ਸਿੱਖਿਆ, ਸਕਿੱਲ ਨੀ ਸਿੱਖਿਆ, ਪਰ ਜੇ ਤੁਸੀਂ ਆਉਣਾ ਆ ਤੁਸੀਂ ਜਿਹੜੇ ਪਹਿਲਾਂ ਗਏ ਵੇ ਉਹਨਾਂ ਦੀ ਰਾਇ ਲਓ, ਜਿਹੜੇ ਬੰਦੇ ਹੈਗੇ ਆ ਹਨਾ, ਬਿਲਕੁਲ, ਕਿਉਂਕਿ ਤੁਹਾਨੂੰ ਪਤਾ ਬਾਕੀ ਮੈਂ ਇੱਕ ਗੱਲ ਦੇਖੀ ਆ ਬਾਈ ਵੀ ਲੋਕੀ ਨਾ ਯਾਰ ਦੱਸਦੇ ਨੀ ਹੈਗੇ, ਰਿਅਲਟੀ ਨੀ ਕਿਸੇ ਨੂੰ ਦੱਸਦੇ ਵੀ ਹੁਣ ਮੰਨ ਲਓ ਗੱਡੀ ਸੋਹਣੀ ਦਿਖਾ ਦਿੰਦੇ ਆ ਆਈਫੋਨ, ਤੇ ਮਗਰੋਂ ਤੁਹਾਨੂੰ ਪਤਾ ਆਪਣੇ ਕੈਨੇਡਾ ਦੇ ਬੱਦਲ ਹੀ ਨੇੜੇ ਆ, ਤੇ ਉਹ ਬੰਦਾ ਦੇਖ ਕੇ ਹਨਾ ਕਹਿੰਦਾ ਵੀ ਯਾਰ ਕੈਨੇਡਾ ਤਾਂ ਨਜ਼ਾਰੇ ਲਈ ਜਾਂਦੇ ਇਹ ਬੰਦੇ, ਬਿਲਕੁਲ, ਪਰ ਜੇ ਹੁਣ ਆਪਾਂ ਦੇਖੀਏ ਵੀ ਯਾਰ ਵੀ ਨਜ਼ਾਰੇ ਹੈਗੇ ਆ ਠੀਕ ਆ, ਪਰ ਹਫ਼ਤੇ ਚੱਕ ਦੇ ਨੀ ਮਿਲਦੇ ਨਜ਼ਾਰੇ, ਹੁਣ ਤੁਸੀਂ ਵੀ ਟਰੱਕ ਚਲਾਉਂਦੇ ਆ, ਹਾਂਜੀ ਬਿਲਕੁਲ, ਹੁਣ ਤੁਸੀਂ ਦੱਸੋ ਵੀ ਹਨਾ ਯਾਰ ਬਾਈ ਤੁਸੀਂ ਮੜਾ ਜਿਹਾ ਦੱਸੋ ਵੀ ਟਰੱਕ ਚ ਤੁਸੀਂ ਕਿੰਨਾ ਕੁ ਤਿਆਰ ਹੋ ਕੇ ਰਹਿੰਦੇ ਆ। ਇਹ ਤਾਂ ਹੈ ਵੀਰੇ, ਇਹਦੇ ਵਿੱਚ ਕੋਈ ਸ਼ੱਕ ਨੀ, ਗੱਲ ਮੱਤ ਵੱਜੀ ਰਹਿੰਦੀ ਆ, ਮੱਤ ਵੱਜੀ ਆ, ਹਾਂ, ਕਿਉਂ ਗੱਲ ਆ ਕਿ ਆਪਾਂ ਦੇਖਾ ਦੇਖੀ ਉਹ ਚੀਜ਼ਾਂ ਚ ਨਾ ਪੱਟੇ ਜਾਈਏ ਵਿਊ ਦੇ ਖਾਤਰ, ਕਿਉਂਕਿ ਕਹਿੰਦੇ ਪੰਜਾਬੀਆਂ ਨੂੰ ਬੱਦਲਾਂ ਨੇ ਪੱਟਿਆ, ਹਾਂ ਸਹੀ ਗੱਲ, ਅਮਰੀਕਾ ਕੈਨੇਡਾ ਦੇ ਵਿੱਚ ਹਨਾ ਵੀ ਬੱਦਲਾਂ ਨੇ ਜਦੋਂ ਫੋਟੋ ਪੈ ਜਾਂਦੀ ਨਾ, ਮੰਨ ਲਓ ਤੁਹਾਡਾ ਕੋਈ ਗਵਾਂਢੀ ਚਲ ਗਿਆ, ਚਾਹੇ ਉੱਥੇ ਗੱਡੀ ਉਦਾਂ ਹੀ ਖੜੀ ਆ, ਉਹ ਕਿਸੇ ਦੀ ਨਾਲ ਹੀ ਭਜਾਵੇ ਭਾਵੇਂ, ਹਾਂ, ਦੂਜੇ ਦਿਨ ਜਦੋਂ ਫੋਟੋ ਪੈ ਗਈ ਵੀ ਯਾਰ ਕਿਆ ਬਾਤ ਆ ਯਾਰ, ਹਨਾ ਇਹ ਚੀਜ਼ਾਂ ਵਾ, ਇਹ ਚੀਜ਼ਾਂ, ਪਰ ਵੇਖਿਆ ਜਾਵੇ ਸਟਰਗਲ ਬਹੁਤ ਵੱਡੀ ਆ, ਬਹੁਤ ਜ਼ਿਆਦਾ ਹੈ, ਕਿਉਂਕਿ ਜਦੋਂ ਅੱਜ ਤੋਂ ਲਾ ਲਓ ਜੇ ਆਪਾਂ ਆਪਣੀ ਗੱਲ ਕਰੀਏ 5-6 ਸਾਲ ਪਹਿਲਾਂ ਆਏ ਆ, ਉਦੋਂ ਕੁਛ ਹੋਰ ਸਟਰਗਲ ਸੀ, ਕੰਮ ਦੀ ਓਪਰਚੁਨਿਟੀ ਵੱਧ ਸੀ, ਕਿਉਂਕਿ ਦੁਨੀਆ ਜਿਹੜੀ ਸੀਗੀ ਉਹ ਘੱਟ ਸੀ, ਕੰਮ ਮਿਲ ਜਾਂਦਾ ਸੀ, ਹਨਾ ਸਹੀ ਗੱਲ, ਬੰਦਾ ਮੈਨੇਜ ਕਰ ਲੈਂਦਾ, ਪਰ ਅੱਜ ਹੁਣ ਆਪਾਂ ਐਗਜ਼ਾਮਪਲ ਲੈਨੇ ਆ ਬੱਸ ਦੇ ਵਿੱਚ 25 ਬੰਦਿਆਂ ਦੀ ਜਗ੍ਹਾ, ਉਹਦੇ ਵਿੱਚ ਮੰਨ ਲਓ 75 ਬੰਦੇ ਵਾਰਡ ਤੇ, ਤੇ ਹੁਣ ਧੱਕਾ ਮੁੱਕੀ ਹੋ ਰਹੀ ਆ, ਇੱਕ ਜੋਬ ਨਿਕਲਦੀ ਆ, ਇੱਕ ਕਲੀਨਿਕ ਦੀ ਜੋਬ ਇੰਸਟਾਗ੍ਰਾਮ ਤੇ ਵਿਨੀਪੈਗ ਕਰਕੇ ਪੇਜ ਆ, ਉਹਨਾਂ ਨੇ ਪਾਈ ਵੀ ਸਾਨੂੰ ਕਲੀਨਿਕ ਲਈ ਬੰਦਾ ਚਾਹੀਦਾ, ਅੱਛਾ, 125 ਬੰਦੇ ਕਮੈਂਟ ਕਰ ਰਹੇ ਆ ਵੀਰੇ, ਆਈ ਐਮ ਇੰਟਰਸਟਡ,
ਕਲੀਨਿੰਗ ਦੀ ਜੋਬ ਕਲੀਨਿੰਗ ਦੀ ਜੋਬ ਤੇ ਤੁਸੀਂ ਕਿੰਨੀ ਕੁ ਵੱਡੀ ਜੋਬ ਯਾਰ ਕਿੰਨੀ ਕੁ ਵੱਡੀ ਜੋਬ ਘਰੇ ਕੰਮ ਕਰ ਲਿਓ ਉਹੀ ਕੰਮ ਬਾਹਰ ਕਰਨੇ ਆਪਾਂ ਇਟ ਮੀਨਸ ਕਿ ਜਿਹੜੀ ਸਟਰਗਲ ਤੋਂ ਆਪਾਂ ਇੰਡੀਆ ਤੋਂ ਭੱਜੇ ਆ ਕਿਉਂਕਿ ਉੱਥੇ ਦੁਨੀਆ ਵੱਧਦਾ ਆਪਾਂ ਕਹਿੰਦੇ ਯਾਰ ਉੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਵਾ ਆਪਾਂ ਕੈਨੇਡਾ ਚੱਲ ਜਾਈਏ ਸਹੀ ਗੱਲ ਸੇਮ ਚੀਜ਼ ਇੱਥੇ ਹੋ ਗਈ ਆ ਵਿਨੀਪੈਗ ਦੇ ਵਿੱਚ ਮੰਨ ਲਓ 200 ਜੋਬ ਆ ਮੰਨ ਲਓ ਕੋਈ 200 ਆਪਾਂ ਮੋਲ ਦੀਆਂ ਆਪਾਂ ਸਾਰੀਆਂ ਹੁਣ ਇੱਥੇ ਬੰਦਾ ਆ ਗਿਆ 20,000 ਹੁਣ ਜਿਹੜੇ ਮਾਲਕ ਵੀ ਆ ਉਹ ਸ਼ੋਸ਼ਣ ਕਰ ਰਹੇ ਇਸੇ ਕਰਕੇ ਉਹ ਧੱਕੇ ਨਾਲ ਆਪਾਂ ਮੋਸਟਲੀ ਆਪਣੇ ਪੰਜਾਬੀ ਆ ਤੁਹਾਨੂੰ ਪਤਾ ਹੀ ਆ ਇਹ ਤਾਂ ਗੱਲ ਹੈ ਕੰਮ ਕਰਾ ਕੇ ਪੈਸੇ ਨਹੀਂ ਦੇਣੇ 20 ਦਿਨ ਦੀ ਟ੍ਰੇਨਿੰਗ ਲਵਾ ਕੇ ਕਿੰਨੀਆਂ ਵੀਡੀਓ ਹੁਣ ਆਪਾਂ ਦੇਣੀ ਆ ਵੀ ਕਿੰਨੀਆਂ ਵੀਡੀਓ ਵਾਇਰਲ ਹੁੰਦੀਆਂ ਹਨਾ ਵੀ ਯਾਰ ਪੈਸੇ ਨਹੀਂ ਦਿੱਤੇ ਮੇਰੇ ਹਾਂਜੀ ਵੀ ਪੈਸੇ ਨੱਪ ਗਏ ਮੇਰੇ ਇਹ ਚੀਜ਼ਾਂ ਕੋਈ ਦੱਸਦਾ ਨਹੀਂ ਦੱਸਦਾ ਨਹੀਂ ਵੀ ਇੱਥੇ ਪੈਸੇ ਵੀ ਨੱਪੇ ਜਾਂਦੇ ਆ ਹਾਂਜੀ ਜਿਹਦਾ ਬੱਚਾ ਬਾਹਰ ਪਹੁੰਚ ਗਿਆ ਮੰਨ ਲਓ ਉਹ ਸਟਰਗਲਿੰਗ ਦੇ ਵਿੱਚ ਆ ਮਾਂ ਪਿਓ ਸ਼ਰਮ ਕਰਦੇ ਆ ਹੁਣ ਇੱਥੇ ਮੈਂ ਇੱਕ ਗੱਲ ਹੋਰ ਦੇਖੀ ਜਵਾਕ ਹੁੰਦੇ ਜਿਹੜੇ ਪਲੱਸ ਟੂ ਕਰਕੇ ਚਲੋ ਜਾਂ ਕਾਲਜ ਵਾਲੇ ਵੀ ਆ ਉਹ ਬਈ ਯਾਰ ਭਾਈ ਦੂਏ ਤੀਏ ਮਹੀਨੇ ਗੱਡੀ ਲੈ ਲੈਂਦੇ ਆ ਬਿਲਕੁਲ ਤੇ ਬਾਈ ਯਾਰ ਧੂਆਂ ਨਿਕਲ ਜਾਂਦਾ ਬਾਅਦ ਧੂਆਂ ਨਿਕਲ ਜਾਂਦਾ GIC ਜਾਂਦੀ ਆ ਮੁੜ ਕੇ ਕੰਮ ਇੱਥੇ ਆਪਾਂ ਨੂੰ ਪਤਾ ਵੀ ਕੰਮ ਤਾਂ ਹੁਣ ਹੈ ਨਹੀਂ ਕੰਮ ਤਾਂ ਹੈ ਨਹੀਂ ਵੀਰੇ ਸਹੀ ਗੱਲ ਤੇ ਗੱਡੀਆਂ ਬਾਈ ਮਹਿੰਗੀਆਂ ਲੈ ਲੈਂਦੇ ਆ ਹਾਂਜੀ ਤੇ ਉਹਨਾਂ ਦੀ ਇੰਸ਼ੋਰੈਂਸ ਕਿੰਨੀ ਜਾਂਦੀ ਆ ਠੀਕ ਆ ਕਿਸ਼ਤਾਂ ਕਿੰਨੀਆਂ ਮਹਿੰਗੀਆਂ ਇਹ ਤਾਂ ਹੈ ਇਹ ਤਾਂ ਹੈ ਤੇ ਬਾਈ ਜਦੋਂ ਕੰਮ ਹੋਣਾ ਨਹੀਂ ਉਹ ਗੱਡੀਆਂ ਫਿਰ ਉਹ ਬਾਅਦ ਚੋਂ ਘਰੋਂ ਵੀ ਨਹੀਂ ਮੰਗਾ ਸਕਦੇ ਸ਼ਰਮ ਦੇ ਮਾਰੇ ਉਹ ਫਿਰ GIC ਜਦੋਂ ਜਾਂਦੀ ਆ ਉਹ ਮੁੱਕ ਜਾਂਦੀ ਆ ਹਾਂਜੀ ਤੇ ਫਿਰ ਬਾਅਦ ਚੋਂ ਪੈਸੇ ਮੁੱਕਦੇ ਇੱਥੇ ਪੈਸੇ ਮੁੱਕਦੇ ਜੇ ਹੁਣ ਆਪਾਂ ਗੱਲ ਕਰੀਏ ਹੁਣ ਮੁੰਡੇ ਯਾਰ ਆਪਣੇ ਕਿੰਨੇ ਹਨਾ ਸੂਸਾਈਡ ਕਰ ਗਏ ਹਨਾ ਮੁੰਡੇ ਬਹੁਤ ਮਾੜੀ ਗੱਲ ਆ ਜੀ ਬਹੁਤ ਮਾੜਾ ਹੋਇਆ ਪਰ ਯਾਰ ਸੂਸਾਈਡ ਕਰਨਾ ਹਨਾ ਜੇ ਆਪਾਂ ਇੱਕ ਗੱਲ ਦੇਖੀ ਵੀ ਸੂਸਾਈਡ ਕਰਨਾ ਕਿਸੇ ਹੱਲ ਨਹੀਂ ਕਿਸੇ ਗੱਲ ਦਾ ਇਹ ਬਿਲਕੁਲ ਸਹੀ ਗੱਲ ਆ ਥੋੜਾ ਮੈਂਟਲੀ ਨਾ ਆਪਾਂ ਨੂੰ ਸਟਰੋਂਗ ਹੋਣਾ ਪਊਗਾ ਜਦੋਂ ਆਪਾਂ ਇੱਕ ਆਪਣਾ ਪਿੰਡ ਹੀ ਛੱਡਦੇ ਆ ਸ਼ਹਿਰ ਤੇ ਚੱਲ ਜਾਂਦੇ ਆ ਐਡਜਸਟਮੈਂਟ ਕਰਨ ਨੂੰ ਟਾਈਮ ਲੱਗਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਰਾਤੋ ਰਾਤ ਉੱਥੇ ਸਟਾਰ ਬਣ ਜਾਵਾਂਗੇ ਹੋ ਸਕਦਾ ਤੁਹਾਨੂੰ 5 ਮਹੀਨੇ ਸਟਰਗਲ ਸਾਲ ਆਪਾਂ ਮੈਂਟਲੀ ਉਹ ਸਟਰੋਂਗ ਹੋਈਏ ਹੁਣ ਤੁਸੀਂ 7 ਸਮੁੰਦਰਾਂ ਪਾਰ ਆ ਜਾਂਦੇ ਹੋ ਮਾਂ ਪਿਓ ਨੂੰ ਵੀ ਚਾਹੀਦਾ ਬੱਚੇ ਨੂੰ ਸਟਰੋਂਗ ਕਰਕੇ ਭੇਜੋ ਵੀ ਬੇਟਾ ਵੀ ਅਸੀਂ ਤੇਰੇ ਪਿੱਛੇ ਖੜੇ ਹਾਂ ਕੋਈ ਗੱਲ ਨਹੀਂ ਤੈਨੂੰ ਕੋਈ ਪੈਸੇ ਤੇ ਲਈ ਲੋੜ ਪੈਂਦੀ ਉਹਨੂੰ ਜੇ ਤੁਸੀਂ 30 ਲੱਖ ਚੱਕ ਲਿਆ 15 ਹੋਰ ਚੱਕ ਲਓ ਯਾਰ ਜਵਾਕ ਸਟੈਂਡ ਹੋ ਜੂ ਵੀ ਮੈਂ ਇੱਥੇ ਥੋੜੀ ਜਿਹੀ ਗੱਲ ਐਡ ਕਰਨੀ ਚਾਹੁੰਦਾ ਵੀ ਜਿਵੇਂ ਸੋਰੀ ਮੈਂ ਤੁਹਾਨੂੰ ਰੋਕਿਆ ਵੀ ਹਾਂਜੀ ਹਾਂਜੀ ਜਿਵੇਂ ਹੁਣ ਆਪਾਂ ਕਹਿ ਦਈਏ ਜਵਾਕ ਪਲੱਸ ਟੂ ਕਰਕੇ ਪਲੱਸ ਟੂ ਕਰਕੇ ਨਾ ਯਾਰ ਉਹਨਾਂ ਨੂੰ ਭੇਜੋ ਯਾਰ ਬਾਹਰ ਨਹੀਂ ਭੇਜਣਾ ਚਾਹੀਦਾ ਕਿਉਂਕਿ ਬਈ ਇੱਥੇ ਕੋਈ ਨਹੀਂ ਸਾਥ ਦਿੰਦਾ ਕੋਈ ਨਹੀਂ ਸਾਥ ਸਿੱਧੀ ਜੀ ਗੱਲ ਕਿਉਂਕਿ ਦੇਖਿਆ ਤੁਸੀਂ ਵੀ ਦੇਖਿਆ ਮੈਂ ਵੀ ਦੇਖਿਆ ਹਰੇਕ ਬੰਦਾ ਜਦੋਂ ਆਉਂਦਾ ਨਾ ਬਈ ਉਹਦਾ ਹਾਰਡ ਟਾਈਮ ਫੇਸ ਕਰਦਾ ਹੀ ਕਰਦਾ 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 ਸਹੀ ਆ ਹੁਣ ਪਲੱਸ ਟੂ ਵਾਲੇ ਜਵਾਕ ਆਉਂਦੇ ਆ ਉਹਨਾਂ ਨੂੰ ਬਈ ਉਹ ਛੋਟੇ ਛੋਟੇ ਜਵਾਕ ਹੁੰਦੇ ਸਕੂਲਾਂ ਚ ਉੱਠ ਕੇ ਆ ਜਾਂਦੇ ਆ ਦੁਨੀਆਦਾਰੀ ਤਾਂ ਦੇਖੀ ਨੀ ਉਹਨਾਂ ਨੇ ਨਹੀਂ ਦੇਖੀ ਸਹੀ ਆ ਨਾ ਹਾਂਜੀ ਦੁਨੀਆਦਾਰੀ ਦੇਖੀ ਨੀ ਉਹ ਬਾਅਦ ਚੋ ਇੱਥੇ ਬਗਾਨੇ ਮੁਲਕਾਂ ਚ ਆ ਕੇ ਕੌਣ ਕਿਸੇ ਨੂੰ ਜਾਣਦਾ ਇੱਥੇ ਧੋਖੇ ਧੜੀਆਂ ਵੀ ਕਿੰਨੇ ਹੁੰਦੇ ਆ ਬਾਅਦ ਬਹੁਤ ਠੀਕ ਆ ਆਨਲਾਈਨ ਵੀ ਹੁੰਦੇ ਆ ਉਦਾਂ ਵੀ ਹੁੰਦੇ ਆ ਜਿਹੜੇ ਸਕੈਮ ਵੀ ਹੁੰਦੇ ਆ ਉਹ ਬਾਅਦ ਚੋ ਜਵਾਕਾਂ ਨਾਲ ਸਕੈਮ ਹੁੰਦੇ ਆ ਫਿਰ ਉਹ ਪੈਸੇ ਜਾਂਦੇ ਖਰਾਬ ਹੁੰਦੇ ਉਹੀ ਗੱਲ ਆ ਨਾ ਕਿਉਂਕਿ ਜਦੋਂ ਇੱਕ ਬੱਚੇ ਦਾ ਪਲੱਸ ਟੂ ਕੀਤੀ ਆ ਜਿੰਨੇ ਉਹਦਾ ਮੈਂਟਲ ਲੈਵਲ ਜਾਂ ਜਿਹੜਾ ਉੱਥੇ ਗ੍ਰੈਜੂਏਸ਼ਨ ਕਰਕੇ ਆ ਰਿਹਾ ਕੈਨੇਡਾ ਬਹੁਤ ਜ਼ਮੀਨ ਆਸਮਾਨ ਦਾ ਫਰਕ ਆ ਉਹਨੇ ਕਾਲਜ ਲਾਈਫ ਦੇਖ ਲਈ ਆ ਮਿਲ ਵਰਤਨ ਹਨਾ ਪੜ੍ਹਾਈ ਦਾ ਲੈਵਲ ਵੀ ਆ ਕਿਉਂਕਿ ਇੱਕ ਪਲੱਸ ਟੂ ਤੁਹਾਨੂੰ ਪਤਾ ਉੱਥੇ ਪੜ੍ਹਾਈ ਕੀ ਆ ਨਕਲਾਂ ਨੁਕਲਾਂ ਮਾਰ ਕੇ ਆ ਜਾਂਦੇ ਆ ਸਭ ਤੋਂ ਵੱਡੀ ਗੱਲ ਆ ਹਨਾ ਉੱਥੋਂ ਸਾਰਿਆਂ ਨੂੰ ਪਤਾ ਵੀ ਉੱਥੇ ਇਹ ਚੀਜ਼ਾਂ ਚੱਲਦੀਆਂ ਜਦੋਂ ਇੱਥੇ ਆ ਕੇ ਪਹਿਲੀ ਗੱਲ ਤਾਂ ਪੜ੍ਹਾਈ ਦਾ ਬੋਝ ਪੈਂਦਾ ਸਟੱਡੀ ਹਾਰਡ ਹੁੰਦੀ ਆ ਉਹ ਫਿਰ ਕਹਿੰਦੇ ਪੜ੍ਹਾਈ ਵੀ ਨੀ ਹੋ ਰਹੀ ਉੱਤੋਂ ਘਰ ਦੇ ਜ਼ੋਰ ਪਾਈ ਜਾਂਦੇ ਪੁੱਤ ਕੰਮ ਮਿਲਿਆ ਰੋਜ਼ ਫੋਨ ਫਰਕ ਕਰ ਕਰਕੇ ਪੁੱਤ ਕੰਮ ਮਿਲਿਆ ਨੀ
ਉਹ ਚੀਜ਼ਾਂ ਮੈਂਟਲ ਤੇ ਇੰਨੀਆਂ ਕੁ ਹਾਵੀ ਹੋਈ ਜਾਂਦੀਆਂ ਬੱਚਾ ਮਾਂ ਪਿਓ ਨੂੰ ਦੱਸਦਾ ਨੀ। ਹੁਣ ਆਪਾਂ ਐਗਜ਼ਾਮਪਲ ਲੈਨੇ ਆ, ਕੱਲ ਮੁੰਡੇ ਦੀ ਮੌਤ ਹੋਈ ਆ ਨਾਇਗਰਾ ਫਾਲ ਤੋਂ, ਉਹਨੇ ਛਾਲ ਮਾਰਤੀ 10 ਮਹੀਨੇ ਪਹਿਲਾਂ ਆਇਆ। ਦੇਖੋ ਇੱਥੇ ਲੋਕਾਂ ਨੂੰ 30-30 ਸਾਲ ਹੋ ਗਏ, 20-20 ਸਾਲ ਹੋ ਗਏ, ਲੋਕਾਂ ਦੇ $1 million ਦੇ ਕਰਜ਼ੇ ਆ ਸਿਰ ਤੇ ਕਰਜ਼ੇ ਆ ਯਾਰ, ਉਹ ਨੀ ਸੁਸਾਈਡ ਕਰਦੇ ਪਏ। ਇਹਦਾ ਰੀਜ਼ਨ ਕੀ ਆ? ਕਿਉਂਕਿ ਬੱਚਾ ਮੈਂਟਲੀ ਡਿਪਰੈਸ ਹੋ ਰਿਹਾ ਆ, ਮਾਂ ਪਿਓ ਨੂੰ ਦੱਸ ਨੀ ਰਿਹਾ। ਇੱਥੇ ਆਪਾਂ ਕਹਿ ਸਕਦੇ ਹਾਂ ਕੈਨੇਡਾ ਦੇ ਵਿੱਚ ਕੋਈ ਕਿਸੇ ਦਾ ਹੈ ਨੀ, ਕਿਸੇ ਦਾ ਨੀ ਬਾਈ, ਕੋਈ ਕਿਸੇ ਦਾ ਨੀ। ਜੇ ਤੁਹਾਨੂੰ ਭੁੱਖ ਲੱਗੀ ਆ, ਰੋਟੀ ਆਪ ਹੀ ਬਣਾ ਕੇ ਖਾਣੀ ਪਾਣੀ ਪੈਣੀ ਆ। ਇਹ ਨੀ ਤੁਹਾਨੂੰ ਇੱਥੇ ਕਿਸੇ ਨੇ ਕਹਿਣਾ ਵੀ ਆਪ ਉੱਥੇ ਪਰੌਂਠੇ ਖਾ ਲਾ, ਆਪ ਬਣਾਉਣੀ ਪੈਣੀ ਆ। ਤੇ ਬੱਚੇ ਨੂੰ ਮਾਂ ਪਿਓ ਵੀ ਪ੍ਰੈਸ਼ਰਾਈਜ਼ ਕਰੀ ਜਾਂਦੇ ਆ ਵੀ ਬੇਟਾ ਪੈਸੇ ਕਰਜ਼ਾ, ਕਿਉਂਕਿ ਬੱਚਾ ਤੇ ਤੁਹਾਡਾ ਹੀ ਆ ਨਾ, ਉਹਨੂੰ ਸਾਰਾ ਪਤਾ ਵੀ ਮੇਰੇ ਮਾਂ ਪਿਓ ਨੇ ਕਰਜ਼ਾ ਚੱਕਿਆ ਹੋਇਆ। ਇੱਕ ਤਾਂ ਕਰਜ਼ੇ ਦਾ ਪ੍ਰੈਸ਼ਰ, ਦੂਜਾ ਸੋਸ਼ਲ ਮੀਡੀਆ। ਮੇਰਾ ਵੀਰ ਕੋਈ ਬਹੁਤਾ ਯੂਜ਼ ਨਾ ਕਰੋ। ਟਿਕਟੋਕ ਖੋਲਦੇ ਆਪਾਂ, ਟਿਕਟੋਕ ਦੇ ਉੱਪਰ ਹਰ ਦੂਜਾ ਬੰਦਾ ਜੰਟ ਬੈਠਾ। ਮਾਰਕ ਮਿਲਰ ਨੇ ਵਰਕ ਪਰਮਿਟ ਕੀਤੇ ਬੰਦ, ਮਾਰਕ ਮਿਲਰ ਨੇ ਇਹ ਕੀਤਾ। ਉਹ ਕੈਨੇਡਾ ਦੇ ਵਿੱਚ ਇਕੱਲਾ ਮਾਰਕ ਮਿਲਰ ਹੀ ਰਹਿ ਗਿਆ ਯਾਰ, ਕੈਨੇਡਾ ਦੇ ਵਿੱਚ ਕੋਈ ਰੋਡ ਮਿਨਿਸਟਰ ਨਹੀਂ ਰਹਿ ਗਿਆ, ਕੋਈ ਹੈਲਥ ਮਿਨਿਸਟਰ ਨਹੀਂ ਰਹਿ ਗਿਆ। ਗੱਲ ਕਹਿੰਦੀ ਆਉਣ ਦੀ ਮਾਰਕ ਮਿਲਰ ਦੀ, ਉਹ ਮੇਰੇ ਵਰਗਾ ਬੱਚਾ ਹਰੇ ਮਹੀਨਾ ਹੋਇਆ ਸਟੱਡੀ ਤੇ ਆਏ ਨੂੰ, ਉਹ ਕਹਿੰਦੇ ਵਰਕ ਪਰਮਿਟ ਨਹੀਂ ਮਿਲਣੇ। ਉਹ ਮੈਂ ਤਾਂ ਯਾਰ ਫੇਰ ਡਿਪਰੈਸ ਹੋ ਗਿਆ, ਇੱਕ ਕਰਜ਼ਾ ਖੜਾ, ਉੱਤੋਂ ਇੱਥੇ ਕਹਿ ਰਿਹਾ ਵਰਕ ਪਰਮਿਟ ਨਹੀਂ ਮਿਲਣੇ, ਮਾਂ ਪਿਓ ਕਈ ਜਾਂਦਾ ਕੰਮ ਨਹੀਂ ਮਿਲਦਾ ਪਿਆ। ਸੋ ਬੱਚਾ ਸੁਸਾਈਡ ਨਹੀਂ ਕਰੂਗਾ ਤੇ ਹੋਰ ਕੀ ਕਰੂਗਾ? ਪਰ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਵਾ, ਵੀਰੇ ਇਹ ਸਾਰਾ ਪ੍ਰੈਸ਼ਰ ਆਪਣੇ ਦਿਮਾਗ ਦੇ ਉੱਪਰ ਬਹੁਤਾ ਨਾ ਲਓ। ਕੈਨੇਡਾ ਦੇ ਵਿੱਚ ਤੁਹਾਨੂੰ ਹੋ ਸਕਦਾ 7 ਮਹੀਨੇ ਲੱਗਣ, 10 ਮਹੀਨੇ ਲੱਗਣ, ਟਰਾਈ ਕਰੋ ਕਿ ਆਪਣਾ ਐਡਜਸਟ ਕਰੋ ਹੌਲੀ ਹੌਲੀ। ਇਹ ਮੈਂਟਲ ਆਪਣੇ ਮੋਟੀਵੇਸ਼ਨਲ ਹੋਵੋ, ਬਾਹਰ ਮਿਲੋ, ਵਰਤੋ ਯਾਰ ਤੁਹਾਡੇ ਅੰਦਰ ਕੋਈ ਗੱਲ ਹੈਗੀ ਮਾਂ ਪਿਓ ਨੂੰ ਸ਼ੇਅਰ ਕਰਨੀ ਤੁਹਾਨੂੰ। ਮੈਂ ਇੱਕ ਥੋੜੀ ਜਿਹੀ ਇਹ ਵੀ ਗੱਲ ਕਹਿਣੀ ਚਾਹੁੰਦਾ ਵੀ ਯਾਰ, ਜੇ ਤੁਸੀਂ ਆਉਣਾ ਨਾ ਕੈਨੇਡਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਵੈਲਕਮ ਆ ਵੀਰੇ, ਠੀਕ ਆ, ਅਸੀਂ ਵੀ ਆਏ ਆ, ਤੁਸੀਂ ਵੀ ਆਓ, ਅਸੀਂ ਕਿਸੇ ਨੂੰ ਰੋਕ ਨਹੀਂ ਰਹੇ ਵੀ ਆਪਾਂ ਜੇ ਕਹਿ ਦਈਏ ਹਨਾ ਵੀ ਯਾਰ ਤੁਸੀਂ ਕੈਨੇਡਾ ਨਾ ਆਓ, ਪਰ ਜੇ ਤੁਸੀਂ ਆਉਣਾ ਨਾ ਕੈਨੇਡਾ, ਆਪਣਾ ਪਲੱਸ ਟੂ ਕਰਕੇ ਨਾ ਆਓ। ਇਹ ਨਾ ਦਿਮਾਗ ਚ ਸੋਚ ਰੱਖੋ ਵੀ ਮੈਂ, ਮੇਰਾ ਉਹ ਪਿੰਡ ਦਾ ਬੰਦਾ ਗਿਆ ਜਾਂ ਸਾਡਾ ਗੁਆਂਢੀ ਗਿਆ ਤੇ ਮੈਂ ਉੱਥੇ ਜਾਣਾ ਹੀ ਜਾਣਾ ਆ, ਉਹਨਾਂ ਦੇ ਹੱਕ ਤੇ ਦੀਵਾ ਬਾਲਣਾ ਆ। ਇਹੀ ਕਰਕੇ ਅਸੀਂ ਮਾਰ ਖਾਂਦੇ ਆ ਵੀ ਜਦੋਂ ਅਸੀਂ ਸੋਚਦੇ ਹਾਂ ਵੀ ਯਾਰ ਵੀ ਮੈਂ ਪਲੱਸ ਟੂ ਕਰ ਲਈ, ਠੀਕ ਆ, ਉਹਨਾਂ ਦਾ ਮੁੰਡਾ ਉਹ ਮੰਨ ਲਾ, ਹੁਣ ਬਈ ਗੁਆਂਢੀਆਂ ਦੇ ਮੁੰਡੇ ਨੇ ਭਾਵੇਂ ਯਾਰ ਜੇ ਆਪਾਂ ਕਹਿ ਦਈਏ ਗ੍ਰੈਜੂਏਸ਼ਨ ਕੀਤੀ ਆ, ਕਾਲਜ ਲਾਈਫ ਦੇਖੀ ਆ ਉਹਨੇ, ਉਹ ਅਗਲਾ ਗਿਆ ਆ, ਉਹਦਾ ਹੱਕ ਬਣਦਾ ਸੀ। ਪਰ ਇਹ ਨੀ ਯਾਰ ਸੋਚੋ ਵੀ ਯਾਰ ਜੇ ਉਹ ਉੱਠ ਗਿਆ ਤੇ ਮੈਂ ਹਲੇ ਪਲੱਸ ਟੂ ਕੀਤੀ ਤੇ ਮੈਂ ਵੀ ਜਾਵਾਂ ਛੇਤੀ ਛੇਤੀ ਜਾਵਾਂ, ਹਾਂਜੀ, ਉਹ ਚੀਜ਼ ਆਪਾਂ ਨੂੰ ਬਹੁਤ ਵੱਡਾ ਕਹਿ ਦਈਏ ਵੀ ਘਾਟਾ ਆ, ਵੀ ਘਾਟਾ ਕਰਾ ਰਹੀ ਹੈ ਵੀ ਜਿਹੜੀ ਆਪਾਂ ਨੂੰ ਮਤਲਬ ਘਾਟਾ ਪਾਊਗੀ ਉਹ ਚੀਜ਼ ਫਿਊਚਰ ਦੇ ਵਿੱਚ ਹੁਣ ਨੀ, ਕਿਉਂਕਿ ਯਾਰ ਪਲੱਸ ਟੂ ਕਰਕੇ ਬਈ ਤੁਸੀਂ ਲਾਈਫ ਹੀ ਨਹੀਂ ਦੇਖੀ, ਨਹੀਂ ਦੇਖੀ ਜੀ, ਹਨਾ ਬਿਲਕੁਲ, ਕਿਉਂਕਿ ਅਗਲੇ ਨੇ ਲਾਈਫ ਦੇਖੀ ਆ ਕਾਲਜ ਦੀ, ਦੁਨੀਆਦਾਰੀ ਦੇਖ ਲਈ, ਤੁਸੀਂ ਹਲੇ ਸਕੂਲੇ ਹਲੇ ਆਪਣੇ ਝੋਲੇ ਪਾਏ ਹੁੰਦੇ ਕਈਆਂ ਦੇ, ਠੀਕ ਆ, ਜਾਂ ਆਪਾਂ ਕਹਿ ਦਈਏ ਵੀ ਕਿਤਾਬਾਂ ਹੁੰਦੀਆਂ, ਮਤਲਬ ਪਲੱਸ ਟੂ ਕਲਾਸ ਚ ਤਾਂ ਥੋੜੀਆਂ ਬੁੱਕਾਂ ਹੀ ਹੁੰਦੀਆਂ, ਚਲੋ ਆਪਾਂ ਝੋਲਾ ਵੀ ਰੱਖ ਸਕਦੇ ਹਾਂ, ਹਾਂਜੀ, ਪਰ ਵੀ ਝੋਲੇ ਚੱਕ ਕੇ ਬਾਹਰ ਤਾਂ ਤੁਸੀਂ ਹਲੇ ਨਿਕਲੇ ਨੀ ਤੇ ਤੁਸੀਂ ਸੋਚਦੇ ਮੈਂ ਕੈਨੇਡਾ ਜਾਣਾ ਹੈ, ਹਾਂਜੀ, ਇਹ ਬਹੁਤ ਵੱਡੀ ਗਲਤੀ ਹੈ ਯਾਰ, ਗਲਤੀ ਹੈ ਜੀ, ਗਲਤੀ ਹੈ। ਤੇ ਮਾਂ ਪਿਓ ਦੀ ਮੈਂ ਮਾਂ ਪਿਓ ਨੂੰ ਰਿਕੁਐਸਟ ਕਰਨਾ ਚਾਹੁੰਦਾ, ਤੁਸੀਂ ਵੀ ਦੇਖੋ ਆਪਣਾ ਬੱਚਾ, ਤੁਹਾਡੇ ਛੋਟੇ ਛੋਟੇ ਜਵਾਕ ਆ, ਤੁਹਾਨੂੰ ਪੈਸਾ ਪਿਆਰਾ ਹੋਗਾ ਕਿ ਤੁਹਾਡੇ ਜਵਾਕ ਪਿਆਰੇ? ਅਸਾ ਛੋਟੇ ਛੋਟੇ ਜਵਾਕਾਂ ਤੋਂ ਗੱਲ ਚਿੱਤੇ ਆ ਗਈ ਭਰਾਵਾ, ਹੁਣ ਤੂੰ ਦੇਖ ਯਾਰ ਬਈ ਵੀ ਜਦੋਂ ਆਪਾਂ ਪੜ੍ਹਦੇ ਹੁੰਦੇ ਸੀਗੇ ਉਦੋਂ ਬਈ ਸਾਰੇ ਮੁੰਡੇ ਵੱਡੇ ਵੱਡੇ ਹੁੰਦੇ ਸੀ ਪਲੱਸ ਟੂ ਚ, ਹੁਣ ਤਾਂ ਯਾਰ ਜਵਾਕ ਹੀ ਮਸਾਂ ਛੋਟੇ ਛੋਟੇ ਜੇ ਜਵਾਕ ਪਲੱਸ ਟੂ ਚ ਹੋਈ ਜਾਂਦੇ ਆ, ਤੇ ਉਹ ਛੋਟੇ ਛੋਟੇ ਜਵਾਕ ਜੇ ਪਲੱਸ ਟੂ ਕਰਕੇ ਕਹਿ ਦੇਣਗੇ 10ਵੀਂ ਚ ਹਲੇ ਬਾਅਦ, ਮਤਲਬ ਪਹਿਲਾਂ ਹੁੰਦੇ ਆ 10ਵੀਂ ਚ, ਹਾਂਜੀ, ਤੇ ਉਹ ਬਾਅਦ ਚੋਂ ਕਹਿਣਗੇ ਵੀ ਅਸੀਂ ਤਾਂ ਜਾਣਾ ਪਲੱਸ ਟੂ ਕਰਕੇ ਕੈਨੇਡਾ। ਉਹ ਛੋਟੇ ਛੋਟੇ ਤਾਂ ਜਵਾਕ ਆ, ਉਹ ਯਾਰ ਮਾੜਾ ਮੋਟਾ ਥੋੜਾ ਜਿਹਾ ਬਾਹਰ ਰਹਿਣਾ ਸਿੱਖੋ, ਦੁਨੀਆਦਾਰੀ ਸਿੱਖੋ, ਫੇਰ ਸੁਪਨਾ ਲਓ ਕੈਨੇਡਾ। ਇਹ ਤਾਂ ਹੈ, ਇੱਥੇ ਆ ਕੇ ਬਾਅਦ ਚੋਂ ਗੱਡੀਆਂ ਲੈ ਆਉਂਦੇ, ਕਰਜ਼ੇ ਚੱਕ ਲੈਂਦੇ ਬਾਅਦ ਚੋਂ ਬਈ, ਫਿਰ ਉਹ ਗਾਈਡੈਂਸ ਨੀ ਨਾ ਹੈਗੀ।
ਤੇ ਉਹ ਆਪਾਂ ਨੂੰ ਵੀ ਚਲੋ ਜਦੋਂ ਅਸੀਂ ਆਏ ਆ ਸਾਡੇ ਲਈ ਤਾਂ ਕੋਈ ਹੈ ਨੀ ਸੀ ਇੱਧਰ, ਅੱਜ ਕੱਲ ਤਾਂ ਆਪਾਂ ਦੱਸ ਰਹੇ ਆ ਵੀ ਤੁਸੀਂ ਏਦਾਂ ਕਰੋ, ਸਾਨੂੰ ਦੱਸਣ ਵਾਲਾ ਨੀ ਸੀ ਕੋਈ। ਸਹੀ ਗੱਲ ਆ। ਪਰ ਉਹ ਚਲੋ ਆਪਾਂ ਇਹ ਕਹਿੰਦੇ ਆ ਵੀ ਸਾਡੇ ਲਈ ਥੋੜਾ ਜਿਹਾ ਲੱਕੀ ਟਾਈਮ ਇਹ ਰਿਹਾ ਕਿ ਆਪਾਂ ਜਦੋਂ ਆਏ ਆ ਥੋੜਾ ਜਿਹਾ ਕਹਿ ਲਓ ਵੀ ਉਦੋਂ ਰਸ਼ ਘੱਟ ਸੀ, ਉਹਦੇ ਕਰਕੇ ਆਪਾਂ ਸਰਵਾਈਵ ਕਰ ਗਏ। ਨਹੀਂ ਹੁਣ ਤਾਂ ਦੇਖੋ ਵੀ ਹੁਣ ਤਾਂ ਯਾਰ ਹਰੇਕ ਪਿੰਡ ਪਿੰਡ ਦੇ ਹਰੇਕ ਬੰਦੇ ਗਏ ਘਰ ਚੋਂ। ਹੁਣ ਜੇ ਆਪਾਂ ਦੇਖੀਏ ਪਿੰਡ ਚੋਂ, ਹਾਂ ਵੀ ਘਰ ਘਰ ਚੋਂ ਬੰਦਾ ਕੈਨੇਡਾ ਆ ਗਿਆ ਹੈ, ਘਰ ਘਰ ਚੋਂ ਬੰਦਾ ਅਮਰੀਕਾ ਆਸਟ੍ਰੇਲੀਆ ਤਗੜੇ ਤਗੜੇ ਮੁਲਕਾਂ ਚ। ਹਾਂਜੀ ਯਾਰ ਸਾਰੇ ਬੰਦੇ ਆਏ ਆ, ਤੁਸੀਂ ਆਉਣਾ ਉਹਨਾਂ ਨੂੰ ਪੁੱਛੋ, ਪੁੱਛੋ ਇੱਕ ਨੂੰ ਨਾ ਪੁੱਛੋ, ਵੀਹ ਨੂੰ ਪੁੱਛੋ, ਜੇ ਤੁਹਾਨੂੰ ਇੱਕ ਕਹਿੰਦਾ ਨਾ ਵੀ ਬੰਦਾ ਵੀ ਨਜ਼ਾਰੇ ਆ, ਉਹ ਇਹ ਨਾ ਸੋਚੋ ਵੀ ਯਾਰ ਨਜ਼ਾਰੇ ਆ, ਉਹਨੇ ਕਹਿੰਦਾ ਤਾਂ ਨਜ਼ਾਰੇ ਆ, ਨਹੀਂ ਬਾਈ ਜਿੰਨੇ ਤੁਹਾਡੇ ਦਸਾਂ ਜਾਣਿਆਂ ਤੋਂ ਰਹਿ ਲਓ ਵੀ ਬਾਈ ਕੀ ਹਾਲਾਤ ਆ, ਕੰਮ ਹੈਗਾ ਜਾਂ ਨਹੀਂ ਹੈਗਾ ਉੱਥੇ ਵੀ ਮੈਂ ਆਉਣਾ ਚਾਹੁੰਦਾ ਆ। ਹਾਂਜੀ ਤੇ ਇੱਥੇ ਤਾਂ ਹੁਣ ਤੁਹਾਨੂੰ ਪਤਾ ਕੰਮ ਵੀ ਹੈ ਨੀ ਅੱਜ ਕੱਲ੍ਹ, ਕੰਮ ਵੀ ਹੈ ਨੀ, ਲੋਕ ਹਾਲੇ ਵੀ ਨੀ ਉਹਨੂੰ ਹਟਦੇ ਨਾ ਜੀ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੈਂ ਨਾ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਇਸੇ ਕੰਮ ਦੇ ਰਿਗਾਰਡਿੰਗ ਹੀ, ਆਪਾਂ ਮੈਂ ਪਾਈ ਦੁਬਈ ਵਾਲੇ ਵੀਰਾਂ ਤੇ, ਟਰੱਕਾਂ ਵਾਲਿਆਂ ਤੇ, ਹੁੰਦਾ ਸ਼ੌਂਕ ਯਾਰ ਉੱਥੋਂ ਬੰਦੇ ਨੂੰ ਲੱਗਦਾ ਸਨੋਹ ਵਾਲਾ। ਮੈਂ ਵੀ ਦੁਬਈ ਰਿਹਾ ਆ, ਮੈਨੂੰ ਬੜਾ ਸ਼ੌਂਕ ਸੀਗਾ ਬਈ ਕੈਨੇਡਾ ਹੁੰਦਾ ਵੀ ਸਨੋਹ ਦੇਖਾਂਗੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਹੁਣ ਉਹਨਾਂ ਨੇ ਮੈਂ ਵੀਡੀਓ ਪਾਈ ਵੀ ਵੀਰੇ ਅੱਜ ਕੱਲ ਪਹਿਲੀ ਗੱਲ ਜੋ ਤੱਕ ਤੁਸੀਂ ਪਰਮਾਨੈਂਟ ਨਹੀਂ ਹੁੰਦੇ ਤੁਹਾਡੀ ਲਾਈਫ ਇੱਥੇ ਕਹਿ ਸਕਦੇ ਨਰਕ ਤੋਂ ਘੱਟ ਹੈ ਨੀ, ਕਿਉਂਕਿ ਗੌਰਮੈਂਟ ਤੁਹਾਡੇ ਕੋਲ ਛਿੱਲੀ ਜਾਂਦੀ ਟੈਕਸ ਲੈ ਕੇ ਪੱਕੇ ਤੁਹਾਨੂੰ ਕਰਦੇ ਨੀ। ਇਹ ਮੈਂ ਗੱਲ ਕਹੀ ਆ ਵੀ ਨਾ 30-35 ਲੱਖ ਰੁਪਇਆ ਲਾ ਕੇ, ਨਹੀਂ ਗੌਰਮੈਂਟ ਤਾਂ ਛਿੱਲੀ ਜਾਂਦੀ, ਇੱਥੋਂ ਦੇ ਲੋਕਾਂ ਨੂੰ ਵੀ ਛਿੱਲੀ ਜਾਂਦੀ ਆ, ਤੇ ਜਿਹੜੇ ਸੱਦ ਰਹੇ ਉਹ ਵੀ ਛਿੱਲੀ ਜਾਂਦੇ, ਉਹ ਵੀ ਛਿੱਲੀ ਜਾਂਦੇ ਮਹਾਰਾਜ। ਤੇ ਮੈਂ ਉਹਦੇ ਵਿੱਚ ਕਿਹਾ ਵੀ ਤੁਹਾਡੀ ਜਿਹੜੇ ਵਕੀਲ ਤੁਹਾਡੇ ਕੋਲ ਪੈਸਾ ਲੈ ਕੇ ਭੇਜਣ ਤੇ ਤੁਹਾਡੀ ਬਾਤ ਨੀ ਪੁੱਛਣੀ, 3 ਸਾਲ ਦਾ ਵਰਕ ਪਰਮਿਟ ਮਿਲਦਾ ਵਾ, ਉਹਦੇ ਵਿੱਚ ਇਹ ਨੀ ਪਤਾ ਤੁਹਾਨੂੰ ਕਿ ਉਹ ਪੱਕੇ ਹੋਣਾ ਅੱਬਲ ਤੇ ਨਾ ਦੇ ਬਰਾਬਰ ਚਾਂਸ ਆ, ਕਿਉਂਕਿ ਜਿਹੜੇ ਬੱਚੇ ਇੱਥੇ 3-3 ਸਾਲ 200-200 ਪੜ੍ਹ ਕੇ 2-2 ਸਾਲ 7-7 ਬੈਂਡ ਲਿੱਤੇ ਹੋਏ ਆ ਬਾਈ, ਇਹ ਉਹਨਾਂ ਨੂੰ ਵੀ ਪੱਕਾ ਨੀ ਕਰਦੇ ਪਏ, ਠੀਕ ਆ, ਜਿਹੜੇ ਗ੍ਰੈਜੂਏਸ਼ਨਾਂ ਕਰਕੇ ਆਏ ਤੇ ਤੁਸੀਂ ਦੁਬਈ ਤੋਂ ਆ ਕੇ ਕਿੱਥੋਂ ਪੱਕੇ ਹੋ ਜਾਓਗੇ ਯਾਰ, ਆਪਣੇ ਲੋਕ ਹੀ ਸ਼ੋਸ਼ਣ ਕਰਦੇ ਪਏ ਆ, ਕਿਉਂਕਿ ਉਹਨਾਂ ਨੂੰ ਤੁਹਾਡੀ ਜਿਹੜੀ ਨਬਜ ਪਤਾ ਵਾ, ਨਬਜ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਕੈਨੇਡਾ ਆਉਣਾ, ਕੈਨੇਡਾ ਆ ਕੇ ਤੁਹਾਨੂੰ ਸੱਦ ਲੈਂਦੇ ਆ। ਹਾਂਜੀ ਤੇ ਕੈਨੇਡਾ ਆ ਕੇ ਬਾਅਦ ਚ ਬਾਈ ਜਿਹੜਾ ਤੁਹਾਡਾ ਖੂਨ ਪੀਂਦੇ ਆ ਨਾ, ਉਹ ਜੋਕਾਂ ਵੀ ਘੱਟ ਪੀਂਦੇ ਆ, ਜੋਕਾਂ ਵੀ ਘੱਟ ਆ। ਤਾਂ ਮੈਨੂੰ ਬਾਈ ਦਾ ਮੈਸੇਜ ਆਇਆ ਉਹ ਵੀਡੀਓ ਤੋਂ, ਅੱਛਾ, ਕਹਿੰਦਾ ਬਾਈ ਸਾਡਾ ਗਵਾਂਢੀ ਗਿਆ ਹੋਇਆ ਯਾਰ, ਉਹ ਤਾਂ ਕਹਿੰਦਾ ਮੈਂ 4 ਲੱਖ ਰੁਪਇਆ ਇੰਡੀਆ ਪਾਉਣਾ ਪਿਆ, ਕਹਿੰਦਾ ਮੈਂ ਤਾਂ ਬੋਰੇ ਭਰਤੇ। ਅੱਛਾ ਮਹਾਰਾਜ, ਤੁਸੀਂ ਮੈਨੂੰ ਦੱਸੋ ਤੁਹਾਨੂੰ ਕਿੰਨੇ ਸਾਲ ਹੋ ਗਏ ਕੈਨੇਡਾ, ਕਿਹੜਾ 4 ਲੱਖ ਰੁਪਇਆ ਬਣਦਾ ਵਾ ਦੱਸ ਯਾਰ। ਇੱਥੇ ਆਪਦੇ ਨੀ, ਇੰਡੀਆ ਦੇ ਹਿਸਾਬ ਨਾਲ ਤਾਂ ਜੇ ਮੰਨ ਲਓ ਬਾਈ ਇੰਡੀਆ ਦੇ ਹਿਸਾਬ ਨਾਲ ਆਪਾਂ ਕਹਿ ਸਕਦੇ ਵੀ ਸਾਡਾ 3-3-4 ਬਣਦਾ ਆ, ਹਾਂ 3, ਪਰ ਉਹ ਉੱਥੇ ਦੇ ਹਿਸਾਬ ਨਾਲ, ਪਰ ਸਾਡੇ ਦਾ ਉਹ $6,000-$7,000 ਹੀ ਹੈ ਨਾ। ਹਾਂਜੀ ਬਿਲਕੁਲ। ਤੇ 7 ਜੇ 6 ਵੀ ਕਮਾਉਨੇ ਆ ਤਾਂ ਬਾਈ ਤੁਹਾਡੇ ਖਰਚੇ ਕਿੰਨੇ, ਖਰਚੇ ਆ ਬਾਈ 6-7 ਵੀ ਉਹਦਾ ਬਣਦਾ ਜਿੰਨੇ ਆਪਣਾ ਟੈਕਸ ਨਹੀਂ ਕਟਾਉਣਾ, ਜਿਹੜਾ ਬੰਦਾ ਨਵਾਂ ਆ ਰਿਹਾ ਉਹਨੇ ਪੀਆਰ ਦੇ ਲਾਲਚ ਚ ਟੈਕਸ ਕਟਾਉਣਾ, ਬਾਕੀ ਗਰੋਸਰੀ, ਹਾਂਜੀ ਤੇ ਗਰੋਸਰੀ, ਫੋਨਾਂ ਦੇ ਬਿੱਲ,
ਗਰੋਸਰੀ ਹਫਤੇ ਦੀ 200 ਦੀ ਹੁੰਦੀ ਹੈ, 200 ਦੀ ਲਾ ਲਓ, ਇੰਡੀਆ ਦੇ 12,000 ਦੀ ਤਾਂ ਗਰੋਸਰੀ ਹੁੰਦੀ ਹੈ, ਗਰੋਸਰੀ ਆ ਤੇ ਉਹ ਤੁਸੀਂ ਕੱਢੋ, ਕੱਢਣ ਉਹ ਖੂਹ ਦੀ ਮਿੱਟੀ ਜਿਹੜੀ ਆ ਪੰਜਾਬੀਆਂ ਦੀ ਕਹਾਵਤ ਆ, ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਆ, ਉਹ ਸਿਸਟਮ ਆ ਜਿਹੜੇ ਕਹਿੰਦੇ ਨਾ ਅੱਜ ਕੱਲ ਵੀ ਕੋਠੀਆਂ ਪੈ ਗਈਆਂ, ਉਹ ਪੁਰਾਣੇ ਸਮਿਆਂ ਚ ਪੈ ਗਈਆਂ, ਅੱਜ ਕੱਲ ਤਾਂ ਕੋਠਾ ਵੀ ਪੈ ਜੇ ਤਾਂ ਬਹੁਤ ਵੱਡੀ ਗੱਲ, ਵਧੀਆ ਆ ਕੋਠਾ, ਸਹੀ ਗੱਲ ਆ, ਕੋਠਾ ਵੀ ਪੈ ਜੇ ਬਹੁਤ ਵੱਡੀ ਗੱਲ, ਕਹਿਣ ਦਾ ਮਤਲਬ ਇਹ ਆ ਵੀ ਯਾਰ ਜਿਹੜਾ ਵੀ ਹੁਣ ਇੰਡੀਆ ਵਾਲੇ ਸੋਚਦੇ ਆ ਵੀ ਯਾਰ ਉਹ ਟਰੱਕ ਚਲਾਉਂਦਾ ਪੈਸੇ ਬਣਦੇ, ਨਹੀਂ ਅੱਜ ਕੱਲ ਬਈ ਟਰੱਕਾਂ ਚ ਵੀ ਪੈਸੇ ਪੂਸੇ ਹੈ, ਨਹੀਂ 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 ਜੀ, ਸਿੱਧੀ ਜੀ ਗੱਲ, ਹੁਣ ਤਾਂ ਬਈ ਯਾਰ ਸਾਰਿਆਂ ਦਾ ਨਾ ਤੌਬਾ ਹੋਈ ਪਈ ਹੈ, ਸਾਰੀਆਂ ਕੰਪਨੀਆਂ ਵਾਲਿਆਂ ਦੀ, ਹੋਰ ਹੋਰ ਕੰਮ ਹੁਣ ਹੈ ਨਹੀਂ ਵੀਰੇ, ਜਿਹੜਾ ਹੁਣ ਮੁੱਕਿਆ ਪਿਆ ਕੰਮ ਸਾਰੇ, ਉਹਦਾ ਰੀਜ਼ਨ ਇਹ ਹੈ ਨਾ ਕਿ ਫਰੇਟ ਘਟ ਗਈ ਆ, ਡਿਮਾਂਡ ਨਹੀਂ ਆ ਰਹੀ ਕਿਉਂਕਿ ਲੋਕਾਂ ਕੋਲ ਪੈਸਾ ਹੈ ਨਹੀਂ ਜੇਬਾਂ ਦੇ ਵਿੱਚ, ਲੋਕੀ ਬਾਏ ਨਹੀਂ ਕਰ ਰਹੇ ਤੇ ਸਟੋਰਾਂ ਦੇ ਵਿੱਚ ਡਿਮਾਂਡ ਹੈ ਨਹੀਂ, ਜਦੋਂ ਉਹਨਾਂ ਸਮਾਨ ਵਿਕੂਗਾ ਹੀ ਨਹੀਂ, ਉਹਨਾਂ ਨੇ ਆਰਡਰ ਕੀ ਕਰਨਾ ਦੁਬਾਰਾ, ਹਨਾ, ਤੋ ਸਾਰੀ ਚੇਨ ਸਪਲਾਈ ਚੇਨ ਇਦਾਂ ਘੁੰਮਦੀ ਆ, ਸੋ ਇਸ ਕਰਕੇ ਜੇ ਟਰੱਕਾਂ ਵਾਲਿਆਂ ਕੋਲ ਪੈਸਾ ਹੈ ਨਹੀਂ, ਰੈਸਟੋਰੈਂਟ ਵਾਲੇ ਵੀ ਬੈਠੇ ਆ, ਕਿਸੇ ਕੋਲੇ ਵੀ ਨਹੀਂ ਹੋਣਾ, ਹਾਂਜੀ, ਕਿਉਂਕਿ ਜੇ ਬੰਦੇ ਟਰੱਕ ਵਾਲੇ ਕੋਲ ਪੈਸਾ ਆਊਗਾ ਉਹ ਰੈਸਟੋਰੈਂਟ ਤੇ ਖਾਊਗਾ ਜਾ ਕੇ, ਤੇ ਉਹ ਰੈਸਟੋਰੈਂਟ ਕੰਮ ਦਿੰਦੇ ਆ, ਸੋ ਇਦਾਂ ਚੇਨ ਘੁੰਮਦੀ ਆ ਸਾਰੀ, ਕਿਉਂਕਿ ਹੁਣ ਆਪਾਂ ਨੂੰ ਪਤਾ ਹੀ ਆ ਵੀ ਹੁਣ ਸਾਰੇ ਇੰਡੀਆ ਚ ਤਾਂ ਟਿਕਟੋਕ ਬੈਨ ਆ, ਹਨਾ, ਇੱਥੇ ਆਪਾਂ ਨੂੰ ਪਤਾ ਵੀ ਟਰੱਕਾਂ ਚ ਕੀ ਬਣਦਾ, ਉਹ ਮੁੰਡੇ ਆਨਲਾਈਨ ਬੈਠੇ ਉਹ ਇੱਕ ਦੂਜੇ ਨਾਲ ਹੀ ਰੋਈ ਜਾਂਦੇ ਨੇ, ਰੋਈ ਜਾਂਦੇ ਵੀ ਯਾਰ ਕੰਮ ਹੈ ਨੀ, ਕੰਮ ਘਾਟਾ, ਦੋ ਦਿਨ ਹੋ ਗਏ ਬੈਠਿਆਂ ਨੂੰ, ਤਿੰਨ ਦਿਨ ਹੋ ਗਏ, ਛੱਤੀ ਪੁਆਤੀ ਸਾਡੀ, ਇਦਾਂ ਹੀ ਕਰੀ ਜਾਂਦੇ, ਉਹ ਤਾਂ ਆਫ ਹੈ ਬਿਲਕੁਲ ਜੀ, ਪੈਸਾ ਬਣ ਨਹੀਂ ਰਿਹਾ, ਹੁੰਦੀ ਘਰ ਤੇ ਕਿ ਨੰਗਾ ਨਾਊਗਾ ਕਿ ਨਿਚੋੜੂਗਾ, ਹਾਂ ਸਹੀ ਗੱਲ ਆ ਵੀ ਜੇ ਕੱਪੜੇ ਹੈ ਨੀ ਫਿਰ ਨਿਚੋੜੂਗਾ ਕਿ, ਨਿਚੋੜੂਗਾ ਕੀ, ਸਹੀ ਗੱਲ ਆ, ਉਹ ਕੈਨੇਡਾ ਦੇ ਅੱਜ ਕੱਲ ਹਾਲਾਤ ਸੇਮ ਉਹੀ ਢੋਕਦੇ ਆ, ਹਾਂਜੀ, ਹੁਣ ਜਦ ਆਪਾਂ ਜੇ ਗੱਲ ਦੇਖੀਏ ਵੀ ਹੁਣ ਕੰਮ ਹੈ ਨੀ, ਉਹੀ ਆਪਾਂ ਫੇਰ ਗੱਲ ਤੇ ਆ ਜਾਂਦੇ ਆ ਪਹਿਲੀ ਤੇ ਵੀ ਜਿਹੜੀ ਆਪਾਂ ਸ਼ੁਰੂ ਕੀਤੀ ਸੀ, ਬਿਲਕੁਲ ਵੀ ਜਿਹੜੇ ਛੋਟੇ ਛੋਟੇ ਜਵਾਕ ਆ ਕੈਨੇਡਾ ਬਸ ਦੇਖ ਕੇ ਆਉਂਦੇ ਵੀ ਯਾਰ ਉਹਨਾਂ ਦੇ ਉਹ ਮੁੰਡੇ ਬਈ ਚੰਗਾ ਪਾਉਂਦੇ ਆ, ਉਹਨਾਂ ਕੋਲੇ ਆਈਫੋਨ ਆ, ਠੀਕ ਆ, ਗੱਡੀ ਉਹਨਾਂ ਕੋਲੇ, ਟਿਮ ਤੇ ਚਾਹ ਪੀਂਦੇ ਆ, ਇਹ ਚੀਜ਼ਾਂ ਸੋਚ ਕੇ ਦਿਮਾਗ ਚ ਉਹਨਾਂ ਦੇ ਇਹ ਬਣ ਜਾਂਦਾ ਵੀ ਮੈਂ ਕੈਨੇਡਾ ਹੀ ਜਾਣਾ ਹੈ, ਠੀਕ ਆ, ਪਰ ਯਾਰ ਤੁਸੀਂ ਦੇਖੋ ਅੱਜ ਦਾ ਜਿਹੜਾ ਪੋਡਕਾਸਟ ਅਸੀਂ ਤਾਂਹੀਓ ਬਣਾ ਰਹੇ ਹਾਂ ਵੀ ਹਾਲਾਤ ਦੱਸਣ ਦੇ, ਕਿਉਂਕਿ ਬਈ ਕੋਈ ਨਹੀਂ ਦੱਸਦਾ ਹਾਲਾਤ, ਨਹੀਂ ਦੱਸਦਾ ਬਈ, ਸਿੱਧੀ ਜੀ ਗੱਲ, ਉਹ ਯਾਰ ਹਰ ਕੋਈ ਕਹਿੰਦਾ ਵੀ ਮੇਰੀ ਟੋਰ ਨਾ ਖਰਾਬ ਹੋਵੇ, ਹਾਂ ਹਰੇਕ ਬੰਦਾ ਕਹਿੰਦਾ ਵੀ ਯਾਰ ਵੀ ਯਾਰ ਆਜੋ ਆਜੋ ਲੈ ਇੱਥੇ ਤਾਂ ਨਜ਼ਾਰੇ ਆ, ਇਹ ਇੱਕ ਕਹਿਣ ਦੀ ਗੱਲ ਹੁੰਦੀ ਆ, ਇੱਕ ਜਿਹੜੇ ਤੁਸੀਂ ਦੇਖੋ ਵੀ ਯਾਰ ਇੰਨੀ ਦੁਨੀਆ ਹੋਰ ਵੀ ਗਈ ਆ, ਹਾਂ ਉਹ ਯਾਰ ਵੀ ਇੱਕ ਬੰਦਾ ਥੋੜੀ ਜਿਹਾ ਇੱਕ ਬੰਦਾ ਨਜ਼ਾਰੇ ਲੈਂਦਾ ਫਿਰ ਸਾਰੀ ਆ, ਸਾਰੀ ਆ, ਸਹੀ ਹੈ ਨਾ, ਬਿਲਕੁਲ, ਵੀ ਫਿਰ ਦੂਜੇ ਰੋਂਦੇ ਆ, ਉਹ ਗਾ ਤਾਂ ਰੋਈ ਜਾਂਦੇ ਵੀ ਜੇ ਇੱਕ ਬੰਦਾ ਕਹਿੰਦਾ ਆ ਵੀ ਨਜ਼ਾਰੇ ਲੈਣਾ ਮੈਂ, ਇਹ ਤਾਂ ਹੈ, ਰਹਿ ਲਓ ਯਾਰ ਕਿਸੇ ਦੀ, ਜੇ ਤੁਸੀਂ ਆਉਣਾ ਆ ਆਉਣਾ, ਮਾੜੀ ਗੱਲ ਨਹੀਂ ਹੈਗੀ ਵੀ ਆਓ, ਹਨਾ, ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਆਓ, ਆਜੋ, ਪਰ ਯਾਰ ਅੱਜ ਦੇ ਕਿਉਂਕਿ ਅੱਜ ਤਾਂ ਬਈ ਸੱਚ ਅੱਜ ਕੱਲ ਦਾ ਟਾਈਮ ਹੀ ਸੋਸ਼ਲ ਮੀਡੀਆ ਦਾ ਹੈ, ਜੇ ਤੁਸੀਂ ਬਈ ਕੈਨੇਡਾ ਬਾਰੇ ਦੇਖਣਾ, ਕੈਨੇਡਾ ਦੇ ਹਾਲਾਤ ਦੇਖਣੇ ਆ, ਸੋਸ਼ਲ ਮੀਡੀਆ ਤੇ ਦੇਖ ਲਓ, ਦੇਖੋ ਮਹਾਰਾਜ, ਲੋਕੀ ਰੋਈ ਜਾਂਦੇ ਆ ਵੀ ਦੁਆਲੇ ਨਿਕਲੇ ਪਏ, ਦੁਆਲੇ ਨਿਕਲੇ ਵੀ ਯਾਰ ਇੱਥੇ ਤਾਂ ਕੰਮ ਹੈ ਨੀ ਗਾ, ਪਰ ਨਹੀਂ, ਪਰ ਸਾਡੇ ਪੰਜਾਬੀਆਂ ਨੂੰ ਤਾਂ ਇਹ ਆ ਵੀ ਸਾਡਾ ਮੁੰਡਾ ਜਾਣਾ ਚਾਹੀਦਾ, ਵੀ ਅਸੀਂ ਤਾਂ ਹੈਕ ਤੇ ਦੀਵਾ ਬਾਲਣਾ ਹੈ, ਬਾਲਣਾ ਗਵਾਂਢ ਦਾ ਹੈਕ ਤੇ ਦੀਵਾ ਬਾਲਣਾ ਨਾ, ਉਹ ਕਹਿੰਦੇ ਦੀਵਾ ਸਵਾਹ ਬਾਲਣਾ, ਉਹ ਤਾਂ ਦੀਵਾ ਬੁੱਝ, ਉਹ ਨਹੀਂ ਬਈ ਹੈਕ ਤੇ ਦੀਵਾ ਗਵਾਂਢੀਆਂ ਦੇ ਨਹੀਂ ਬਾਲਣਾ, ਇਹ ਆਪਣੇ ਤੇ ਹੀ ਬਾਲਣਾ ਆ, ਆਪਣੇ ਤੇ ਬਾਲ ਦੇਣਾ, ਨਾ ਤਾਂ ਤੁਹਾਨੂੰ ਗਵਾਂਢੀਆਂ ਨੇ 15 ਲੱਖ ਦੇਣਾ, 20 ਲੱਖ ਦੇਣਾ, ਠੀਕ ਆ, ਨਾ ਹੀ ਤੁਹਾਡਾ ਉਹਨੂੰ ਟਿਕਟ ਕਰਾ ਕੇ ਦੇਣੀ ਹੈ, ਨਾ ਹੀ ਉਹ ਤੁਹਾਡੇ ਉਹ ਗਵਾਂਢੀਆਂ ਨੇ ਤੁਹਾਡੇ ਮੁੰਡੇ ਨੂੰ ਆਈਲੈਟਸ ਕਰਾਉਣੀ ਹੈ, ਸਾਰਾ ਖਰਚਾ ਤੁਸੀਂ ਕਰਨਾ ਆ, ਸਹੀ ਗੱਲ, ਠੀਕ ਆ, ਤੇ ਫਿਰ ਤੁਸੀਂ ਕੋਈ ਕਰਜ਼ਾ ਚੱਕਣਾ ਆ, ਤੇ ਤੁਸੀਂ ਕੋਈ ਬਾਅਦ ਚੋਂ ਉਹੀ ਆ ਵੀ ਅੱਡੀਆਂ ਚੱਕ ਕੇ ਫਾਹ ਲੈਣਾ, ਫਾਹ ਲੈਣਾ, ਤੇ ਮੁੜ ਕੇ ਤੁਹਾਡੇ ਬੱਚੇ ਨੇ ਫੀਸ ਵੀ ਤੁਹਾਡੇ ਕੋਈ ਮੰਗਾਉਣੀ ਆ, ਤੁਹਾਡੇ ਕੋਲ ਗਵਾਂਢੀ ਨੇ ਨਹੀਂ ਭੇਜਣੀ, ਕਿਉਂਕਿ ਇੱਥੇ ਕੰਮ ਹੈ ਨਹੀਂ, ਇੱਥੇ ਕੰਮ ਨਹੀਂ ਹੈਗਾ, ਹਨਾ, ਫੀਸ ਤਾਂ ਬਹੁਤ ਬਾਹਰ ਦੀ ਗੱਲ ਰਹਿ ਗਈ ਆ, ਚਲੋ ਇਹ ਤਾਂ ਸ਼ੁਕਰ ਆ ਵੀ ਇੱਕ GIC ਇਹਨਾਂ ਨੇ ਕੀਤੀ ਹੋਈ ਆ, ਹੁਣ ਤਾਂ $20,000 GIC ਵੀ ਕਰਤਾ, ਹਾਂ GIC ਵਧਾਤੀ ਲੈ ਸੱਚ, ਇਹ ਆਪਣੇ $20,000 ਦਾ ਬਈ $20,000 ਦਾ 12 ਲੱਖ ਰੁਪਇਆ ਇੰਡੀਆ ਬਣਦਾ ਕੀ ਆ, ਉਹ
ਦੇਖੋ ਜੇ ਕੈਨੇਡਾ ਦੇ ਇੰਨੇ ਹਾਲਾਤ ਵਧੀਆ ਹੋਣ, ਇਹ 10,000 ਦੀ ਬਜਾਏ 5,000 ਕਰਦੇ, ਵੀ ਇੱਥੇ ਕੰਮ ਬਹੁਤ ਆ, ਕੰਮ ਬਹੁਤ ਆ। ਉਹਨਾਂ ਨੇ 20,000 ਕਿਉਂ ਕੀਤਾ? ਉਹ ਕਹਿੰਦੇ ਵੀ ਸਾਡੇ ਕੋਲ ਕੰਮ ਨਾ ਮੰਗੋ, ਪਿੱਛੋਂ ਹੀ ਪੈਸਾ ਲੈ ਆਓ, ਵੀ ਇੱਥੇ ਖਾਈ ਜਾਓ। ਸਾਡੀ ਇਕੋਨਮੀ ਦੇ ਵਿੱਚ ਜਿਹੜਾ ਪੈਸਾ ਵਾ, ਜਿਹੜਾ ਉਹ ਇਕੋਨਮੀ ਦੇ ਵਿੱਚ ਹੀ ਰਨ ਹੋਈ ਜਾਵੇ, ਵੀ ਇੱਥੋਂ ਪੈਸਾ ਕਮਾ ਕੇ ਉੱਥੇ ਜਾਵੇ ਨਾ, ਇਹ ਚੱਕਰ ਆ। ਵੀ ਆਹੋ ਤੁਹਾਡਾ ਪੈਸਾ ਆ, ਤੁਸੀਂ ਸਾਡੇ ਦੇਸ਼ ਚ ਖਰਚੋ, ਖਰਚੋ, ਸਾਥੋਂ ਕਮਾ ਕੇ ਨਾ ਖਰਚੋ, ਨਾ ਖਰਚੋ। ਇਹ ਸਟ੍ਰੈਟਜੀ ਆ, ਆਪਾਂ ਕਹਿ ਸਕਦੇ ਜੀ ਉਹਨਾਂ ਦੀ। ਵੀ ਹੁਣ ਉਹੀ ਆ ਵੀ ਤੁਸੀਂ ਆਪਣੇ ਪਿੱਛੋਂ ਪੈਸੇ ਲਿਆਓ, 12,00,000 ਤਾਂ ਆਪਣੀ ਅਕਾਊਂਟ ਚ ਪਾ ਕੇ ਲਿਆਓ, ਤੇ ਜਿਹੜੇ ਤੁਸੀਂ ਓਦਾਂ ਲਿਆਉਣੇ ਆ, ਫੀਸਾਂ ਭਰਨੀਆਂ, ਉਹ ਤੁਸੀਂ ਆਪਦੇ ਨਾਲ ਆਪਦੇ ਇੰਡੀਆ ਚ ਹੀ ਲੈ ਕੇ ਆਓ, ਉਹਨਾਂ ਨਾਲ ਹੀ ਕੰਮ ਚਲਾਓ, ਸਾਡੇ ਇੱਥੇ ਕੰਮ ਨਾ ਕਰੋ, ਤੇ ਨਾ ਸਾਡੇ ਤੋਂ ਪੈਸੇ ਕਮਾਓ, ਤੇ ਨਾ ਸਾਡੇ ਪੈਸੇ ਸਾਡੇ ਤੇ ਵਰਤੋ। ਬਿਲਕੁਲ। ਵੀ ਜੇ ਗੱਲ ਉਹੀ ਆ ਵੀ ਆਪਾਂ ਤਾਂ ਆਪਣਾ ਧਾਰਨਾ ਹੀ ਇਹ ਬਣਾ ਲਈ ਵੀ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਸਾਡਾ ਬੱਚਾ ਜਿੱਥੇ ਨਾ ਪਹੁੰਚਿਆ ਤੇ ਸਾਡਾ ਬੱਚਾ ਭੁੱਖਾ ਮਰ ਜੂ ਉੱਥੇ ਇੰਡੀਆ। ਇਹ ਗਲਤ ਧਾਰਨਾ ਵਾ ਬਿਲਕੁਲ। ਹੁਣ ਜੇ ਆਪਾਂ ਹੁਣ ਇੱਕ ਹੋਰ ਵਿੱਚੋਂ ਆਪਾਂ ਗੱਲ ਜੋੜ ਲੈਂਦੇ ਹਾਂ ਵੀ ਯਾਰ ਹੁਣ ਜਿਹੜੇ ਮੁੰਡੇ ਡੌਂਕੀਆਂ ਲਾਈ ਜਾਂਦੇ ਆ, ਹਾਂਜੀ, ਉਹ ਮਰੀ ਜਾਂਦੇ ਵਿਚਾਰੇ, ਉਹ ਜੰਗਲਾਂ ਚ ਕਿੰਨੇ ਮਾੜੇ ਹਾਲਾਤ ਆ ਯਾਰ, ਮਾੜੇ ਹਾਲਾਤ ਆ ਜੀ। ਸਹੀ ਨਾ, ਸਹੀ ਗੱਲ ਹੈ ਜੀ। ਇਹਦੇ ਬਾਰੇ ਆਪਾਂ ਚਲੋ ਕੋਈ ਨੀ, ਹੋਰ ਫੇਰ ਆਪਾਂ ਫੇਰ ਗੱਲ ਕਰਾਂਗੇ, ਪਰ ਅੱਜ ਦਾ ਸਾਡਾ ਮੁੱਦਾ ਹੋਰ ਆ। ਤੇ ਹੁਣ ਯਾਰ ਉਹੀ ਆ ਵੀ ਲੋਕਾਂ ਨੂੰ ਨਾ ਸਿੱਖਣਾ ਚਾਹੀਦਾ ਆ ਵੀ ਯਾਰ ਕੈਨੇਡਾ ਉਹੀ ਨਾ ਆਈ ਜਾਓ। ਬਿਲਕੁਲ ਵੀਰੇ, ਬਈ ਅੱਜ ਮੈਂ ਤੁਹਾਨੂੰ ਸੀਰੀਅਸਲੀ ਦੱਸਦਾ, ਬਾਈ ਨੂੰ 6 ਸਾਲ ਹੋ ਗਏ ਨਾ ਬਈ, ਹਾਂਜੀ ਹਾਂਜੀ ਹਾਂਜੀ, ਠੀਕ ਹੈ, ਤੇ ਬਈ ਮੈਨੂੰ 3 ਸਾਲ ਹੋ ਗਏ। ਹਾਂ, ਐਵੇਂ ਕਹਦਾ ਉਹ ਪਹਿਲਾਂ ਗੱਲਾਂ ਹੋਰ ਸੀਗਾ, ਜੇ ਜਦੋਂ ਤੁਸੀਂ ਆਏ ਸਾਲ ਜਦੋਂ ਆਇਆ ਨੂੰ ਹੋਇਆ ਉਹ ਕੈਨੇਡਾ, ਉਹ ਗੱਲਾਂ ਹੋਰ ਸੀ, ਉਹ ਗੱਲਾਂ ਹੋਰ ਸੀ, ਪਰ ਅੱਜ ਦੇ ਹਾਲਾਤ ਉਹ ਠੀਕ ਨਹੀਂ ਹੈਗੇ। ਮੈਂ ਇਹ ਕਹਿਣਾ ਚਾਹੁੰਦਾ ਵਾ ਜੇ ਤਾਂ ਤੁਸੀਂ ਕਰਜ਼ਾ ਚੱਕ ਕੇ ਆਉਂਦੇ ਪਏ ਹੋ, ਚਲੋ ਜੇ 5-2-4 ਲੱਖ ਰੁਪਿਆ ਕਰਜ਼ਾ ਚੱਕਦੇ ਹੋ, ਬਾਕੀ ਤੁਹਾਡਾ ਆਪਣਾ ਵਾ, ਫਿਰ ਗੱਲ ਹੋਰ ਹੋ ਸਕਦੀ ਆ ਕੁਛ, ਫਿਰ ਗੱਲ ਹੋਰ, ਤੁਹਾਡਾ ਬੱਚਾ ਜਿਹੜਾ ਵਾ ਉਹ ਬੋਦਰੇਸ਼ਨ ਨਹੀਂ ਲਊਗਾ, ਉਹਨੂੰ ਪਤਾ ਮੇਰੇ ਮਾਂ ਪਿਓ ਦੀ ਕਮਾਈ ਆ, ਹੈਗੀ ਆ ਕਮਾਈ, ਹੈਗੀ ਆ ਮੇਰੇ ਮਾਂ ਪਿਓ ਦਾ ਪੈਸਾ, ਕੋਈ ਗੱਲ ਨੀ। ਮੋਸਟਲੀ ਜਿਹੜਾ ਲਾਣਾ ਆਉਂਦਾ ਵਾ ਉਹ ਮਿਡਲ ਕਲਾਸ ਆਉਂਦਾ, ਚੱਕਣ ਵਾਲਾ, ਪਰ ਉਹ ਅੱਜ ਦਾ ਸਮੇਂ ਚੱਕ ਕੇ ਨਾ ਭੇਜਣ ਵਾਲਾ ਸਮੇਂ ਨਹੀਂ ਹੈਗਾ, ਨਹੀਂ ਹੈਗਾ। ਕਿਉਂਕਿ ਜਿਹੜਾ 35 ਲੱਖ ਰੁਪਿਆ ਤੁਸੀਂ ਚੱਕ ਲਿਆ, ਮੈਂ ਤੁਹਾਨੂੰ ਗਰੰਟੀ ਕਹਿੰਦਾ ਵਾ ਤੁਸੀਂ ਜਵਾਕ ਭੇਜ ਦੋ, ਤੁਹਾਡਾ ਜਵਾਕ ਤੁਹਾਨੂੰ ਹਫ਼ਤੇ ਦੇ ਵਿੱਚ ਆ ਕੇ ਦੱਸ ਦੂਗਾ ਵੀ ਮਹਾਰਾਜ ਕੀ ਬਣਨਾ ਇੱਥੇ। ਨਹੀਂ, ਮੈਂ ਤਾਂ ਇੱਕ ਗੱਲ ਇੱਥੇ ਇਹ ਵੀ ਕਹੂੰਗਾ ਵੀ ਜਿਨ੍ਹਾਂ ਕੋਲ ਪੈਸਾ ਹੈ ਨੀ, ਪੈਸਾ ਹੈਗਾ ਸੋਰੀ, ਜਿਨ੍ਹਾਂ ਕੋਲ ਹੈਗਾ, ਹਾਂਜੀ, ਤੁਸੀਂ ਵੀ ਨਾ ਭੇਜੋ ਯਾਰ, ਹੈ ਹੀ ਨਹੀਂ ਕੈਨੇਡਾ ਆਉਣ ਵਾਲੇ ਹਾਲਾਤ, ਕੋਈ ਫਾਇਦਾ ਹੀ ਨਹੀਂ, ਫਾਇਦਾ ਹੀ ਨਹੀਂ। 50 ਲੱਖ ਰੁਪਈਆ ਯਾਰ ਤੁਸੀਂ ਉੱਥੇ, ਮੈਂ ਕਹਿੰਦਾ ਵੀ ਇਨਵੈਸਟ ਵੀ ਨਹੀਂ ਕਰਨਾ, ਉਹ ਆਪਣੇ ਕੋਲ ਹੀ ਰੱਖ ਲਓ, ਪੈਸੇ ਦਾ ਸਕੂਨ ਹੀ ਬੜਾ, ਜਿਹੜਾ ਹੁਣ ਇੱਕ ਵਾਰੀ ਮਿੱਟੀ ਆ, 30-35 ਲੱਖ ਲੱਗ ਗਿਆ, ਇਹਨਾਂ ਨੇ ਮੋੜਨਾ ਨੀ ਤੁਹਾਡਾ, ਮੋੜਨਾ ਥੋੜੀ ਆ ਯਾਰ ਇਹਨਾਂ ਨੇ, ਲੈ ਹੁਣ ਯਾਰ, ਹਾਂ, ਇਹ ਤਾਂ ਪੈਸੇ ਭਾਲਦੇ ਲੋਕਾਂ ਨੂੰ ਵੀ ਸਾਨੂੰ ਦੋ ਯਾਰ, ਇਹ ਭੁੱਖੇ ਮਰਨ ਦੇ ਵੀਰੇ, ਕੈਨੇਡਾ ਦੇ ਵਿੱਚ ਇਹਨਾਂ ਨੇ ਕਰਜ਼ਾ ਹੀ ਇੰਨਾ ਕੁ ਚੱਕ ਲਿਆ ਹੋਇਆ ਵਾ, ਸਿਰਫ ਅਮੀਰ ਸ਼ੋਅ ਕਰਨ ਲਈ ਆਪਣੇ ਆਪ ਨੂੰ। ਇਹ ਅਮੀਰ ਦੇਸ਼ ਨੀ ਗਾ, ਅਮੀਰ ਦੇਸ਼ ਹੈ ਨੀ, ਪਰ ਇਹਨਾਂ ਨੇ ਜਿਹੜਾ ਕਰਜ਼ਾ ਹੀ ਇੰਨਾ ਕੁ ਚੱਕ ਲਿਆ, ਉਹਦਾ ਟੈਕਸ ਪੇ ਕਰਨ ਨੂੰ ਵੀਰੇ ਇਹ ਲੋਕਾਂ ਨੂੰ ਛਿੱਲਦੇ ਪਏ ਆ। ਇੱਥੇ ਟੈਂਪਰੇਰੀ ਵੀ ਰੋਂਦਾ, ਇਹਨਾਂ ਦਾ ਆਪਣਾ ਸਿਟੀਜਨ ਵੀ ਰੋਂਦਾ ਪਿਆ। ਗੱਲ ਆ ਵੀ ਜੇ ਪੜਦਾ ਕਹੀਏ ਨਾ, ਚੁੱਪ ਭਲੀ ਆ, ਚੁੱਪੀ ਭਲੀ ਆ। ਸੋ ਆਪਾਂ ਇਹ ਕਹਿੰਦੇ ਆ, ਇੱਕ ਵਾਰੀ ਦੋ ਵਾਰੀ 20 ਬੰਦਿਆਂ ਨੂੰ ਪੁੱਛੋ ਡਿਸੀਜਨ, ਬੱਚੇ ਨੂੰ ਭੇਜਣ ਦਾ ਲੈਣਾ, ਦੇਖੀਏ ਵੀ ਹੁਣ ਤਕੜੀਆਂ ਕੰਟਰੀਆਂ ਆਪਣੇ ਆਪ ਨੂੰ ਇਹ ਥੋੜੀ ਕਹਿਣਗੀਆਂ ਵੀ ਅਸੀਂ ਗਰੀਬ ਆ। ਬਿਲਕੁਲ, ਹੈ ਜਿਹੜੀ ਗੱਲ ਆ, ਹਾਂਜੀ, ਇੱਕ ਹੁਣ ਇਹਦੇ ਚੀਜ਼ ਦੇ ਵਿੱਚ ਮੈਂ ਜੋੜ ਦਿੰਦਾ, ਹੁਣ ਦੇਖੋ ਅਮਰੀਕਾ ਕੈਨੇਡਾ ਦੇ ਵਿੱਚ ਰਿਸੈਸ਼ਨ ਜਿਹੜਾ ਵਾ ਪੂਰਾ ਪੀਕ ਤੇ ਆ, ਪੀਕ ਤੇ ਆ, ਪਰ ਇੱਕ ਬਹੁਤ ਵੱਡੀ ਗੱਲ ਆ ਵੀ ਇਹਨਾਂ ਕੰਟਰੀਆਂ ਨੇ ਹਜੇ ਤੱਕ ਡਿਕਲੇਅਰ ਨਹੀਂ ਕੀਤਾ ਵੀ ਅਸੀਂ ਰਿਸੈਸ਼ਨ ਚ ਆ, ਕਿਤੇ ਨਿਊਜ਼ ਨਹੀਂ ਆ ਰਹੀ, ਕਿਉਂਕਿ ਇਹ ਸ਼ੋਅ ਥੋੜੀ ਕਰਨਗੇ ਵੀ ਅਸੀਂ ਭੁੱਖੇ ਮਰਦੇ ਪਏ, ਦੁਬਾਰਾ ਸਾਰਿਆਂ ਦਾ ਨਿਕਲ ਗਿਆ, ਦੁਬਾਰਾ ਨਿਕਲ ਗਿਆ। ਹਾਂ, ਇਸ ਟਾਈਮ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਕਿਤੇ ਨਾ ਕਿਤੇ ਫਿਰ ਵੀ ਉਹ ਆਪਣੇ ਠੀਕ ਨੇ, ਵੀ ਉੱਥੇ ਰੋਟੀ ਸੁੱਖ ਦੀ ਖਾਂਦੇ ਆ, ਨੀਂਦ ਸੁੱਖ ਦੀ ਲੈਂਦੇ ਆ, ਸੁੱਖ ਦੀ ਲੈਂਦੇ ਆ, ਇੱਥੇ ਤਾਂ ਨੀਂਦ ਹੀ ਨਹੀਂ ਆਉਂਦੀ, ਨਹੀਂ ਆਉਂਦੀ ਜੀ ਮਹਾਰਾਜ। ਜਿਹੜਾ ਹੁਣ ਰੈਂਟ ਖੜਾ, ਹੁਣ ਪਿੱਛੋਂ ਮੰਨ ਲਓ ਕੰਮ ਤੁਹਾਡਾ ਇੱਥੇ, ਦੇ ਲਓ ਪੇ ਚੈੱਕ ਟੂ ਪੇ ਚੈੱਕ ਆ, ਹਾਂ,
ਹੁਣ ਗੱਲਾਂ ਬਾਤਾਂ ਕਨਵਰਜ਼ਨ ਤਾਂ ਆਪਾਂ ਇੰਡੀਆ ਦਾ ਕਰ ਦਿੰਦੇ ਆ ਤੇ ਜਿਹੜੇ ਇੱਥੋਂ ਦੇ ਖਰਚੇ ਆ ਉਹ ਤਾਂ ਆਪਾਂ ਦੇਖਦੇ ਹਾਂ ਇੰਡੀਆ ਦੇ ਹਿਸਾਬ ਨਾਲ ਤਾਂ ਬਈ ਬਹੁਤ ਬਣਦੇ ਆ ਹਾਂ ਪਰ ਇੱਥੇ ਦੇ ਇੰਡੀਆ ਲੱਖ ਬਣਨਾ ਇੱਥੇ ਹਜ਼ਾਰ ਗੱਲ ਖਰਚਾ ਤਾਂ ਘੱਟ ਹੋਵੇ ਹਾਂ ਸੋ ਇਹ ਉਹੀ ਗੱਲ ਹੈ ਨਾ ਸੋ ਜਵਾਕਾਂ ਨੂੰ ਮੈਂ ਕਹੂੰਗਾ ਵੀ ਟਰਾਈ ਕਰੋ ਵੀ ਉੱਥੇ ਆਪਣਾ ਇੰਟਰਸਟ ਦੇਖੋ ਕੀ ਆ ਪੜ੍ਹ ਲਓ ਅੱਗੇ ਦੋ ਤਿੰਨ ਸਾਲ ਕਿਤੇ ਕੈਨੇਡਾ ਦੁਨੀਆ ਦੇ ਨਕਸ਼ੇ ਤੇ ਰਹਿਣਾ ਇਹ ਕਿਤੇ ਨਹੀਂ ਰਹਿਣਾ ਇਹ ਜਾਣ ਨਹੀਂ ਲੱਗੀ ਕਿਤੇ ਇਹ ਨਹੀਂ ਹੈਗਾ ਵੀ ਉੱਡ ਕੇ ਹੋਰ ਕਿਤੇ ਜਾ ਹਾਂਜੀ ਹੋਰ ਗ੍ਰਹਿ ਤੇ ਦੇਖੋ ਕਹਿੰਦੇ ਹੁੰਦੇ ਆ ਚਾਲ ਦੇਖੋ ਇਹਦੀ ਆਉਣ ਵਾਲੇ ਸਾਲ ਦੋ ਸਾਲ ਤੁਸੀਂ ਤੇ ਪੜ੍ਹਾਈ ਕਰੋ ਉਸ ਤੋਂ ਬਾਅਦ ਦੇਖੋ ਜੇ ਹਾਲਾਤ ਸੁਧਰਦੇ ਆ ਤੇ ਵੈਲਕਮ ਆ ਆ ਜਾਓ ਬਾਈ ਤੁਹਾਡਾ ਵੀ ਬਚਾ ਰਹਿਣਾ ਮਾਂ ਪਿਓ ਵੀ ਸੌਖੇ ਨਹੀਂ ਇਹੀ ਹੈ ਜੇ ਤੁਸੀਂ ਆਉਣਾ ਨਾ ਇੱਥੇ ਹਾਂਜੀ ਰੋਕਦਾ ਕੋਈ ਨਹੀਂ ਤੁਹਾਨੂੰ ਰੋਕਦਾ ਕੋਈ ਨਹੀਂ ਪਰ ਜੇ ਆਉਣਾ ਆ ਸਕਿੱਲ ਸਿੱਖ ਕੇ ਆਓ ਸਕਿੱਲ ਸਿੱਖ ਕੇ ਆਓ ਤਾਂ ਕਿ ਤੁਸੀਂ ਇਹ ਨਾ ਸੋਚ ਕਿਸੇ ਤੇ ਡਿਪੈਂਡ ਨਾ ਹੋਵੇ ਵੀ ਇੱਥੇ ਜੇ ਆ ਗਏ ਤੁਸੀਂ ਡਿਪੈਂਡ ਨਾ ਹੋਵੋ ਹਾਂਜੀ ਹੁਣ ਸਾਰੇ ਆਪਣੇ ਆਉਂਦੇ ਆ ਮੁੰਡੇ ਸਾਰਿਆਂ ਨੇ ਟਰੱਕ ਚਲਾਉਣ ਲੱਗ ਗਏ ਟਰੱਕ ਕੋਈ ਸਕਿੱਲ ਥੋੜੀ ਆ ਸਕਿੱਲ ਨਹੀਂ ਹੈਗੀ ਵੀਰੇ ਸਕਿੱਲ ਜੇ ਆਪਾਂ ਕਹਿ ਦਈਏ ਟਰੱਕ ਹੁਣ ਸਕਿੱਲ ਥੋੜੀ ਆ ਕੋਈ ਨਹੀਂ ਨਹੀਂ ਹਨਾ ਕੋਈ ਸਕਿੱਲ ਹੁੰਦੀ ਜਿਹੜੇ ਤੁਹਾਡੇ ਆਪ ਨੂੰ ਆਉਂਦਾ ਹੋਵੇ ਹੱਥੀ ਆਉਂਦਾ ਹੋਵੇ ਕੰਮ ਆਵੇ ਉਹ ਹੁੰਦਾ ਸਕਿੱਲ ਹਨਾ ਹੁਣ ਟਰੱਕ ਚਲਾਉਣਾ ਹਰੇਕ ਬੰਦਾ ਕਹਿ ਜਾਂਦਾ ਵੀ ਮੈਂ ਬਣਾਉਣਾ ਲਾਇਸੈਂਸ ਹਾਂਜੀ ਤੇ ਬਈ ਟਰੱਕ ਚਲਾਉਣਾ ਮੈਂ ਤਾਂ ਵੀ ਉਹ ਚ ਟਰੱਕ ਚ ਪੈਸੇ ਬਣਦੇ ਅੱਜ ਕੱਲ ਪੈਸੇ ਉਹ ਚੀਜ਼ ਚ ਜ਼ਿਆਦਾ ਬਣਦੇ ਆ ਜਿਹਦੇ ਚ ਤੁਹਾਡਾ ਸਕਿੱਲ ਆ ਕਿਉਂਕਿ ਜੇ ਤੁਹਾਡੇ ਕੋਲ ਕੋਈ ਸਕਿੱਲ ਆ ਨਾ ਤੁਸੀਂ ਆਪਣੀ ਮਰਜ਼ੀ ਨਾਲ ਅਗਲੇ ਤੋਂ ਚਾਰਜ ਕਰਨੇ ਆ ਪੈਸੇ ਭਾਈ ਮੈਂ ਇੰਨੇ ਚਾਰਜ ਕਰੂੰਗਾ ਮੇਰੀ ਆਹ ਸਰਵਿਸ ਆ ਮਾੜੀ ਲੱਗੀ ਤਾਂ ਮੈਂ ਨਾ ਕਰਾਓ ਹਾਂਜੀ ਤੇ ਉਹ ਹੋ ਗਈ ਕਮਾਈ ਉਹ ਚ ਪੈਸੇ ਬਣ ਵੀ ਸਕਦੇ ਆ ਪਰ ਟਰੱਕਾਂ ਚ ਕਿੱਥੇ ਪੈਸੇ ਬਣਦੇ ਹੁਣ ਜੇ ਬਈ ਟਰੱਕਾਂ ਵਾਲੀਆਂ ਕੰਪਨੀਆਂ ਦੇ ਆਪਾਂ ਕਹਿ ਦਈਏ ਵੀ ਕੰਮ ਘੱਟ ਆ ਤੇ ਅਗਲਿਆਂ ਨੇ ਤਾਂ ਬਈ ਜੇ ਆਪਣਾ ਪੈਸੇ ਤੁਹਾਨੂੰ ਤੁਹਾਡੇ ਸੈਂਟ ਘਟਾ ਦੇਣੇ ਬਿਲਕੁਲ ਬਿਲਕੁਲ ਉਹ ਕਮਾਈ ਥੋੜੀ ਹੈ ਉਹ ਕੋਈ ਸਕਿੱਲ ਥੋੜੀ ਹੈ ਹਾਂਜੀ ਕਿਉਂਕਿ ਇਹ ਵੀ ਕੰਟਰੀਆਂ ਚਾਹੁੰਦੀਆਂ ਵੀ ਸਾਡੇ ਕੋਲ ਟ੍ਰੇਡਸਮੈਨ ਹੋਣ ਬਈ ਇਹਨਾਂ ਦੀ ਕਦਰ ਵੀ ਬਹੁਤ ਆ ਜੇ ਤੁਹਾਡੇ ਕੋਲੇ ਸਕਿੱਲ ਆ ਨਾ ਇਹਨਾਂ ਨੇ ਤੁਹਾਨੂੰ ਜਾਣ ਨਹੀਂ ਦੇਣਾ ਤੁਹਾਡੇ ਕੋਲੇ ਸਕਿੱਲ ਹੋਣਾ ਚਾਹੀਦਾ ਹੈ ਵੀ ਮੇਰੇ ਕੋਲੇ ਆਹ ਸਕਿੱਲ ਆ ਤੇ ਇਹਨਾਂ ਨੇ ਕਹਿਣਾ ਆਓ ਆਓ ਤੇ ਹੁਣ ਜਿਹੜੇ ਆਪਣੇ ਜਵਾਕ ਆ ਟਿਮ ਹੋਟਲਾਂ ਤੇ ਗੈਸ ਸਟੇਸ਼ਨਾਂ ਤੇ ਇਹ ਸਾਰੀਆਂ ਲੇਬਰ ਜੋਬਸ ਨੇ ਲੇਬਰ ਹੀ ਆ ਇਹ ਜੋਬਾਂ ਅਸਲ ਮੇ ਇਹ ਜੋਬਾਂ ਜਿਹੜੀਆਂ ਬਣੀਆਂ ਸੀ ਇਹਨਾਂ ਦੇ ਜਿਹੜੇ ਜਵਾਕ ਛੋਟੇ ਛੋਟੇ ਪੜ੍ਹਦੇ ਆ ਨਾ ਇਹ ਉਹ ਜਦੋਂ ਉਹਨਾਂ ਦੀਆਂ ਵਕੇਸ਼ਨਸ ਹੁੰਦੀਆਂ ਸੀਗੀਆਂ ਉਦੋਂ ਉਹ ਕਰਦੇ ਹੁੰਦੇ ਆਪਣੇ ਲੋਕਾਂ ਨੇ ਫੁੱਲ ਟਾਈਮ ਬਣਾ ਲਈਆਂ ਤੇ ਹੁਣ ਆਪਣੇ ਲੋਕਾਂ ਦੇ ਵਰਕ ਪਰਮਿਟ ਆਪਣੇ ਮੁੰਡੇ ਆ ਜਿਹੜੇ ਉਹ ਪਲੱਸ ਟੂ ਕਰ ਕਰਕੇ ਆਏ ਆ ਨਾ ਉਹਨਾਂ ਦੇ ਪੁਆਇੰਟ ਪੂਰੇ ਹੋ ਰਹੇ ਆ ਵਰਕ ਪਰਮਿਟ ਉਹਨਾਂ ਨੇ ਆਲਮੋਸਟ ਡਨ ਹੋ ਗਏ ਮੁੱਕ ਗਏ ਕਈਆਂ ਦੇ ਮੁੱਕਣ ਵਾਲੇ ਆ ਤੇ ਉਹ ਇਸ ਟਾਈਮ ਧਰਨੇ ਲਾ ਰਿਹਾ ਵੀ ਸਾਨੂੰ ਕੈਨੇਡਾ ਚੋਂ ਨਾ ਕੱਢੋ ਪਰ ਕੈਨੇਡਾ ਨੂੰ ਯਾਰ ਉਹ ਲੇਬਰ ਦੀ ਲੋੜ ਹੀ ਨਹੀਂ ਹੈਗੀ ਜਿਹਦੀ ਲੋੜ ਆ ਅਗਲੇ ਤੋਂ ਅਗਲੇ ਆਪ ਡਰਾਅ ਕੱਢਦੇ ਪਏ ਆ ਨਰਸਾਂ ਨੂੰ ਵੈਲਡਰ ਨੇ ਕਾਰਪੈਂਟਰ ਨੇ ਮਸ਼ੀਨ ਆਪਰੇਟਰ ਨੇ ਆਈਟੀ ਦੇ ਨਾਲ ਰਿਲੇਟਡ ਮਤਲਬ ਸਕਿੱਲਡ ਜੌਬ ਆ ਜਿਨ੍ਹਾਂ ਕੋਲ ਸਕਿੱਲ ਹੈਗੇ ਆ ਉਹਨਾਂ ਨੂੰ ਤਾਂ ਇਹ ਕਹਿੰਦੇ ਵੀ ਵੀਰੇ ਆ ਜਾਓ ਰਹਿ ਲਓ ਸਹੀ ਗੱਲ ਸਰਵਾਈਵ ਵੀ ਉਹ ਕਰਨਗੇ ਨਾ ਹੁਣ ਜਿਹੜਾ ਇੱਕ ਬੰਦਾ ਟਿਮ ਹੋਟਲ ਤੇ ਕੰਮ ਕਰਦਾ ਪਿਆ ਉਹ $2,200 ਕਮਾ ਰਿਹਾ ਬਾਈ $2,200 ਤੱਕ ਨਥਿੰਗ ਬਾਈ ਕੁਛ ਵੀ ਨਹੀਂ ਹੈਗਾ ਕੁਛ ਵੀ ਨਹੀਂ ਹੈਗਾ ਸੋ ਜੇ ਅਗਰ ਉਹ ਉਹਨੂੰ ਇਹ ਪੱਕਾ ਕਰ ਵੀ ਦਿੰਦੇ ਆ ਉਹ ਤਾਂ ਸਰਕਾਰ ਤੇ ਬੋਝ ਬਣ ਜੂਗਾ ਕਿਉਂਕਿ ਨਾ ਉਹ ਘਰ ਅਫੋਰਡ ਕਰ ਸਕਦਾ ਹਾਂ ਸ਼ੇਅਰਿੰਗ ਚ ਕਿੰਨਾ ਚਿਰ ਰਹੂਗਾ ਸ਼ੇਅਰਿੰਗ ਚ ਵੀ ਬਾਈ ਬਹੁਤ ਜਾਣੇ ਰਹਿੰਦੇ ਆ ਫੇਰ ਹੀ ਘਟਦਾ ਰੈਂਟ ਪਰ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਕਿੱਲ ਹੀ ਹੈ ਨਹੀਂ ਗੀ ਇਹ ਉਹਨਾਂ ਅਸਲ ਮੇ ਆਪਾਂ ਕੈਨੇਡਾ ਨੂੰ ਵੀ ਮਾੜਾ ਨਹੀਂ ਕਹਿ ਸਕਦੇ ਇਹਦੀ ਉਹਨਾਂ ਦਾ ਭਲਾ ਹੀ ਚਾਹੁੰਦੇ ਪਏ ਆ ਨਹੀਂ ਮਾੜਾ ਨਹੀਂ ਹੈਗਾ ਕੈਨੇਡਾ ਪਰ ਅਸੀਂ ਥਿੰਕਿੰਗ ਹੀ ਮਾੜੀ ਬਣਾ ਲਈ ਆ ਮਾੜੀ ਬਣਾ ਸਾਨੂੰ ਅਸੀਂ ਕਹਿਣ ਲੱਗ ਗਏ ਵੀ ਯਾਰ ਇਉਂ ਆ ਜਿਉਂ ਆ ਫਲਾਨਾ ਪਰ ਆਪਾਂ ਆਪਣੇ ਝਾਤੀ ਨਹੀਂ ਮਾਰਦੇ ਵੀ ਵੀਰੇ ਮੈਨੂੰ ਕੀ ਆਉਂਦਾ ਹਾਂ ਵੀ ਆਪਣੀ ਪੀੜ੍ਹੀ ਥੱਲੇ ਸੋਟਾਂ ਨਹੀਂ ਮਾਰਦੇ ਘਰ 'ਚ ਵੀ ਆਪਣੇ ਕਦਰ ਉਹੀ ਹੈ ਜੇ ਤੁਸੀਂ ਕਮਾਉਂਦੇ ਹੋ ਠੀਕ ਆ ਵਧੀਆ ਕੰਮ ਕਰਦੇ ਹੋ ਘਰ ਦੇ ਮਾਂ ਪਿਓ ਵੀ ਤੁਹਾਡੇ ਫੇਰ ਹੀ ਕਦਰ ਪਾਉਂਦੇ ਆ ਹਾਂ ਸੋ ਇਹੀ ਆ ਅਗਰ ਤੁਹਾਡੇ 'ਚ ਕੋਈ ਸਕਿੱਲ ਹੈਗੀ ਆ ਫੇਰ ਹੀ ਕਦਰ ਆ ਤੁਹਾਡੀ ਉਹੀ ਆ ਯਾਰ ਵੀ ਆਪਾਂ ਹਨਾ ਆਪਾਂ ਸਕਿੱਲ ਨਹੀਂ ਸਿੱਖਦੇ ਸਾਡੀ ਕਮੀ ਇਹੀ ਆ ਵੀ ਅਸੀਂ ਸਕਿੱਲ ਸਿੱਖ ਕੇ ਨਹੀਂ ਆਉਂਦੇ ਹਾਂ ਤੇ ਇੱਥੇ ਆ ਕੇ ਬਾਅਦ 'ਚੋਂ ਫਿਰ ਉਹੀ ਤੁਹਾਡੀ ਗੱਲ ਵੀ ਧਰਨੇ ਲਾਉਣ ਲੱਗ ਗਏ ਹੁਣ ਧਰਨੇ ਦੇਖੋ ਉਹ ਕਿੰਨਾ ਜਲੂਸ ਨਿਕਲ ਰਿਹਾ ਹਾਂ
ਤੁਸੀਂ ਬਿਲੀਵ ਕਰਿਓ ਇੰਨੀ ਕੁ ਕਮਿਊਨਿਟੀ ਨੂੰ ਹਜੇ ਤਾਂ ਸਿਰਫ ਜਿਹੜੀ ਨੈੱਟ ਦੇ ਉੱਪਰ ਹੇਟ ਜਿਹੜੇ ਗੋਰੇ ਕਰਨ ਲੱਗ ਪਏ ਆ ਬਈ, ਬਹੁਤ ਹੇਟ ਕਰਦੇ ਆ ਉਹ ਆਪਣੇ ਗੋਰੇ ਆਪਣੇ ਪੇਜਾਂ ਤੇ ਪਾਉਂਦੇ ਆ ਵੀਡੀਓ ਜੀ, ਉਹ ਹਜੇ ਹੇਟ ਜਿਹੜੀ ਆ ਉਹ ਨੈੱਟ ਤੇ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਅਟੈਕ ਵਧਣ, ਆਪਾਂ ਚਾਹੁੰਦੇ ਨੀ, ਪਰ ਉਹ ਸਮੇਂ ਦੂਰ ਨੀ ਹੈਗਾ ਕਿਉਂਕਿ ਆਪਣੇ ਲੋਕਾਂ ਨੇ ਕੈਨੇਡਾ ਦਾ ਬੇੜਾ ਗਰਕ ਕਰਤਾ ਯਾਰ। ਇਹ ਪੰਜਾਬ ਇਹ ਸਮਝ ਕੇ ਬਹਿ ਗਿਆ ਕਿ ਇੰਡੀਆ ਜਿੱਥੇ ਮਰਜ਼ੀ ਧਰਨਾ ਗੜ ਨਹੀਂ ਧਰਨੇ ਯਾਰ, ਹੱਕ ਮੰਗਣਾ ਮਾੜੀ ਨੀ, ਮਾੜੀ ਨੀ ਹੈਗੀ। ਪਰ ਯਾਰ ਆਪਾਂ ਇਹ ਕਹਿੰਦੇ ਆ ਵੀ ਜੇ ਤੁਸੀਂ ਆਉਣਾ ਆ ਸਕਿੱਲ ਸਿੱਖ ਕੇ ਆਓ, ਮੇਰਾ ਤਾਂ ਇਹੀ ਹਾਂ ਵੀ ਯਾਰ ਸਕਿੱਲ ਸਿੱਖ ਕੇ ਆਓ, ਤੁਹਾਨੂੰ ਇਹਨਾਂ ਤੋਂ ਮੰਗਣ ਦੀ ਲੋੜ ਨਾ ਪਵੇ। ਇਹ ਤੁਹਾਨੂੰ ਕਹਿਣ ਵੀ ਆ ਜਾਓ ਅਸੀਂ ਤੁਹਾਨੂੰ ਰੱਖਦੇ ਹਾਂ ਵੀ ਨਾ ਨਾ ਤੁਸੀਂ ਜਾਓ ਨਾ, ਕਿਉਂਕਿ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕੈਨੇਡਾ ਉਹ ਬੰਦੇ ਦੀ ਬਹੁਤ ਕਦਰ ਕਰਦਾ ਜਿਹਦੇ ਕੋਲੇ ਹੱਥੀ ਸਕਿੱਲ ਆ, ਮਤਲਬ ਕਿ ਤੁਹਾਡੇ ਕੋਲੇ ਸਕਿੱਲ ਹੋਵੇ ਨਾ ਤੁਹਾਨੂੰ ਕੈਨੇਡਾ ਜਾਣ ਹੀ ਨੀ ਦਿੰਦਾ। ਇਹ ਤਾਂ ਬਈ ਆਪ ਕਹਿੰਦਾ ਵੀ ਆ ਜਾਓ ਸਾਡੇ ਕੋਲੇ, ਕਿਉਂਕਿ ਇਹਨਾਂ ਨੂੰ ਵੀ ਘੁੰਮਦੀ ਨਾ ਇਹਨਾਂ ਨੇ ਟੈਕਸ ਕੱਟਣਾ ਵਾ। ਉਹ ਉਹੀ ਗੱਲ ਆ ਗਈ ਨਾ, ਹੁਣ ਇੱਕ ਬੰਦਾ ਟਿਮ ਦੇ ਕੰਮ ਕਰਦਾ 2025 ਇਹ ਉਦੋਂ ਵਿੱਚੋਂ ਟੈਕਸ ਕੀ ਕੱਢਣਗੇ ਯਾਰ। ਇਹ ਕਹਿੰਦੇ ਕਿ ਇੱਕ ਬੰਦਾ ਸਕਿੱਲਫੁਲ ਹੋਵੇ, $40-45 ਤੇ ਕੰਮ ਕਰੇ, ਅਸੀਂ ਉਹ ਚੋਂ ਟੈਕਸ ਕੱਟੀਏ, ਸਾਰੀ ਇਕਨੋਮੀ ਘੁੰਮੇ, ਜਿਹੜਾ $40-45 ਲੈ ਰਿਹਾ ਉਹਦੇ ਜਿਹੜੇ ਘਰ ਦੇ ਖਰਚੇ ਆ ਉਹ ਵੀ ਈਜ਼ੀਲੀ ਉਹ ਕੈਨੇਡੀਅਨ ਡ੍ਰੀਮ ਜੀ ਸਕੇ, ਤਾਂ ਕਿ ਘੁੱਟ ਘੁੱਟ ਕੇ ਨਾ ਮਰੇ। ਹਾਂਜੀ ਉਹੀ ਗੱਲ ਆ ਨਾ, ਸਾਡਾ ਪਿੰਡ ਆ ਯਾਰ, ਸਾਡੇ ਪਿੰਡ ਚੋਂ ਪਹਿਲਾਂ ਇੰਨਾ ਨਹੀਂ ਸੀ ਬੰਦੇ ਬਾਹਰ, ਹਨਾ ਹੁਣ ਗੱਲ ਉਹੀ ਆ ਵੀ ਗੁਆਂਢੀ ਦਾ ਚੱਲ ਗਿਆ, ਮੈਂ ਕਿਉਂ ਪਿੱਛੇ ਰਹਿ ਗਿਆ। ਉਹ ਛੋਟੀਆਂ ਛੋਟੀਆਂ ਕੁੜੀਆਂ ਯਾਰ, ਛੋਟੇ ਛੋਟੇ ਮੁੰਡੇ ਆ, ਉਹ ਭੇਜੀ ਤੁਰੀ ਜਾਂਦੇ ਭੇਜੀ ਤੁਰੀ ਜਾਂਦੇ, ਤੇ ਉਹਦਾ ਨੁਕਸਾਨ ਜਿਹੜਾ ਕਿੰਨਾ ਆ। ਹੁਣ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ। ਹੁਣ ਮੇਰੀ ਅੱਜ ਘਰੇ ਗੱਲ ਹੁੰਦੀ, ਮੈਂ ਕਿਹਾ ਗੱਲ ਉਹੀ ਜਦੋਂ ਅਸੀਂ ਆਏ ਉਦੋਂ ਹਾਲਾਤ ਹੋਰ ਸੀ, ਉਦੋਂ ਹੋਰ ਸੀਗੇ। ਹਾਂ, ਸੋ ਮੈਂ ਫੇਰ ਬਾਰ ਬਾਰ ਇਹੀ ਕਹਿੰਦਾ ਵੀ ਮਹਾਰਾਜ ਕਰਜ਼ਾ ਚੱਕ ਕੇ ਨਾ ਆਓ, ਪੂਰਾ ਤੁਹਾਡੇ ਅੱਲੇ ਪੱਲੇ ਜੇ ਹੈਗਾ ਵਾ ਫਿਰ ਮਾਰ ਲਓ ਟਰਾਈ, ਮਹਾਰਾਜ ਫਿਰ ਤੁਹਾਡਾ ਪੈਸਾ ਆਓ।